93.1 89.1 रेड एफएम सुन रहे हो। तुसी बब्बू मान एक यूनीक सिंगर है, तुसी उन्हां दे बहुत सालों तो गीत सुनते आ रहे हो, सौण दी झड़ी तो लैके हुण तक उन्हां दे गीतां दी परमार रही और हर किस्म दे उन्हें गीत गाए ने। वर्सेटाइल सिंगर है बब्बू मान, लेकिन जे मैं बाकी सिंगरस नाल मिला के देखदा सिर्फ गीत संगीत तक सीमित ना होना। पोलिटिकली कॉन्शियस सिंगर थोड़े ही ने और खास तौर पर जिहड़े हैगे भी आ उस नूं गीतां च तब्दील नहीं करदे। बब्बू मान दी खूबी रही कि उहदे आले दुआले की हो रहा है, की वापर रहा है, किसानां दी गल चल रही है, पुलिस की गल चल रही है, कि पिंडां विच पहरे लग रहे हन। शुरू तो लैके हुण तक गल सिर्फ रोमांटिक गीतां तक सीमित नहीं, सो मनुखी सुभाअ दीआं तब्दीलियां तो लैके निज़ाम दे विच जो कुछ वापर रहा है उस दे बारे लिख सकना, गा सकना, पापूलराइज़ कर सकना, गलत फहमियां ते अंधविश्वास नूं दूर कर सकना। सो इस तरह का कम भी साइड बाय साइड चलता रहा। हुण उन्हां दा जिहड़ा पी एन ई कॉलसियम दे विच बहुत वड्डा है शो होना है। पी एन ई कॉलसियम दे विच आम तौर दे उत्ते जिहड़े शो करन वाले ने उह इस करके जरकदे ने, उह इस तों डरदे ने कि हाल भर सकेगा और इस करके छोटे हाल प्रचलित होने शुरू हो गए। लेकिन पी एन ई कॉलसियम दे विच उन्हां दा यह जिहड़ा लाइव प्रोग्राम है वह काफ़ी बिक गया है, तो विक रहा है। अज उस दे बारे भी बलजिंदर संघा जी ਅਤੇ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਜੀਵਨ ਸਿੱਧੂ ਅਤੇ ਪਰਬ ਉਬਰਾਏ ਆਏ ਹੋਏ ਨੇ। ਬੱਬੂ ਮਾਨ ਜੀ ਆਇਆਂ ਨੂੰ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ, ਵੈਲਕਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸੁਣਨ ਵਾਲਿਆਂ ਨੂੰ, ਤੁਹਾਨੂੰ ਵੀ ਫਤਿਹ। ਫਤਿਹ ਜੀ, ਪਹਿਲਾਂ ਤਾਂ ਤੁਸੀਂ ਦੱਸੋ ਵੀ ਪਹਿਲਾਂ ਨਾਲੋਂ ਤੁਸੀਂ ਜ਼ਿਆਦਾ ਰਿਸ਼ਟ ਪੁਸ਼ਟ ਲੱਗਦੇ ਹੋ, ਤੁਹਾਡੀ ਜਿਹੜੀ ਫਿਟਨੈਸ 'ਤੇ ਕਾਫੀ ਜ਼ੋਰ ਲੱਗਦਾ। ਹਾਂਜੀ, ਪਤਲਾ ਹੋ ਰਿਹਾ। ਮੈਂ ਇੱਕ ਆਪਣੇ ਪੁਰਾਣੇ ਸੱਜਣ ਹੈ, ਉਹਨਾਂ ਨਾਲ ਕੋਈ ਫਿਲਮ ਦਾ ਸੀ ਪ੍ਰੋਜੈਕਟ। ਅੱਛਾ, ਕਾਫੀ ਦੇਰ ਤੋਂ ਸੀ ਉਹ, ਪਿਛਲੀ ਫਿਲਮ ਥੋੜ੍ਹੀ ਜਿਹੀ ਲੇਟ ਪੂਰੀ ਹੋਈ। ਇਹ ਮੇਰੇ ਖਿਆਲ ਟਾਈਮ ਪੀਰੀਅਡ ਫਿਲਮ ਹੈ, ਆਰਮੀ ਮੈਨ ਦੀ ਕਹਾਣੀ ਹੈ। ਫਿਰ ਆਰਮੀ ਮੈਨ ਖਾਸਾ ਪਤਲਾ ਚਾਹੀਦਾ ਸੀ, ਕਿਉਂਕਿ ਪੁਰਾਣੀਆਂ ਜਦੋਂ ਆਪਾਂ ਫੋਟੋਆਂ ਵੇਖਦੇ ਹਾਂ ਨਾ, ਤਾਂ ਇੱਦਾਂ ਚੌੜਾ ਮੋਢ ਜ਼ਿਆਦਾ ਫੌਜਾਂ 'ਚ ਹੈ ਨਹੀਂ ਸੀ, ਉਹ ਪਤਲੇ ਜ਼ਿਆਦਾ ਸੀ ਕਿਉਂਕਿ ਤੁਰਨਾ ਬਹੁਤ ਪੈਂਦਾ ਸੀ। ਉਸੇ ਕਰਕੇ ਫਿਰ ਤੁਰੀ ਜਾਂਦਾ, ਹੁਣ ਮੈਂ ਖਾਸਾ ਟਾਈਮ ਲਾ ਦਿੰਦਾ ਸਵੇਰ ਸ਼ਾਮ। ਜਿੰਮ ਵੀ ਛੱਡਤਾ ਜੀ, ਹਾਂ, ਹੁਣ ਤਿੰਨ ਚਾਰ ਮਹੀਨੇ ਜਿੰਮ ਨਹੀਂ ਕਰਾਂਗੇ। ਅੱਛਾ, ਕਿਉਂਕਿ ਉੱਦਾਂ ਉਦੋਂ ਬਾਡੀ ਉਸ ਤਰ੍ਹਾਂ ਦੀ ਨਹੀਂ ਸੀ ਹੁੰਦੀ ਜਿੰਮ ਵਾਲੀ, ਵਰਨਾ ਰੈਗੂਲਰ ਜਿੰਮ ਚੱਲਦਾ ਰਹਿੰਦਾ। ਹਾਂਜੀ ਹਾਂਜੀ ਹਾਂਜੀ, ਮੈਂ ਤਾਂ ਬਣਾਇਆ ਸਟੂਡੀਓ ਦੇ ਵਿੱਚ ਹੀ ਜਿੰਮ ਹੈ ਜੀ, ਉੱਤੇ ਜਿੰਮ ਹੈ ਉਹਦੇ ਉੱਤੇ ਸਟੂਡੀਓ ਹੈ। ਅੱਛਾ, ਹੁਣ ਖੰਟ ਨੂੰ ਤੁਸੀਂ ਕਾਫੀ ਪ੍ਰਮੋਟ ਕਰਤਾ, ਮੇਰਾ ਖਿਆਲ ਹੈ ਸਾਰੇ ਪਿੰਡ ਦੇ ਲੋਕ ਤੁਹਾਡੇ ਤੋਂ ਖੁਸ਼ ਹੋਣੇ ਨੇ ਬਹੁਤ। ਉੱਥੇ ਸਟੂਡੀਓ ਵੀ ਤੁਸੀਂ ਬਣਾਇਆ ਹੋਇਆ? ਹਾਂ ਯਾਰ, ਪਹਿਲਾਂ ਬਣਾਇਆ ਸੀ, ਉਹ ਟੁੱਟ ਗਿਆ ਸੀ ਜੀ, ਹੁਣ ਦੁਬਾਰਾ ਉਹਨੂੰ ਢਾਹ ਕੇ ਬਣਾਉਣਾ ਪਿਆ, ਹੁਣ ਦੁਬਾਰਾ ਬਣਾ ਰਹੇ ਹਾਂ। ਉਹਦੇ ਨਾਲ ਹੱਬ ਬਣੀ ਰਹਿੰਦੀ ਹੈ, ਇੱਕ ਤਾਂ ਪਿੰਡ ਵਾਲਿਆਂ ਦਾ ਦਿਲ ਲੱਗਿਆ ਰਹਿੰਦਾ, ਇੱਕ ਆਪਣੇ ਕੰਮ ਵੀ ਫਿਰ ਨੇਪਰੇ ਚੜ੍ਹਦੇ, ਕਿਉਂਕਿ ਪੰਜਾਬ 'ਚ ਅਜੇ ਸਟੂਡੀਓ ਦਾ ਰਿਵਾਜ਼ ਹੈ ਨਹੀਂ। ਜਾਂ ਤਾਂ ਗਡਾਊਨ ਹੁੰਦੇ ਹਾਂ ਜਿੱਥੇ ਸ਼ੂਟ ਕਰਦੇ ਹਾਂ ਆਪਾਂ, ਜਾਂ ਕੋਈ ਫਿਰ ਫੈਕਟਰੀ ਦਾ ਜਿੱਦਾਂ ਪੁਰਾਣੀ ਕੋਈ ਵਿਰਾਨ ਹੋਈ, ਉੱਦਾਂ ਦੇ ਉਸ ਅਕੋਸਟਿਕ ਉਸ ਤਰ੍ਹਾਂ ਦੇ ਹਾਲ ਵੀ ਹੈ ਨਹੀਂ। ਕਰੋਮੋ ਜਾਂ ਕਰੋਮਾ ਸ਼ੋਟ ਸ਼ੂਟ ਕਰਨ ਉਹਦਾ ਵੀ ਨਹੀਂ ਸੀ। ਆਪਣੇ ਕੰਮ ਬਹੁਤ ਆ, ਫਿਰ ਆਪਦੇ ਕਰਦੇ ਰਹਾਂਗੇ ਉੱਥੇ ਬੈਠੇ। ਤੇ ਹੋਰ ਕੋਈ ਫਿਲਮ? ਪਿੰਡ ਦੇ ਅਦਾਕਾਰ ਬਣ ਜਾਂਦੇ ਸਾਡੇ, ਉਹ ਵੀ ਖੁਸ਼ ਹੋ ਜਾਂਦੇ ਉਹਦੇ ਨਾਲ। ਫਿਲਮ ਕੋਈ ਨਵੀਂ? ਹੋਰ ਫਿਲਮ ਇੱਕ ਤਾਂ ਟਰੱਕਰਸ ਵਾਲੀ ਆ ਜਾਣੀ ਹੈ ਜੀ ਐਤਕੀ, ਅਤੇ ਇਹ ਤੋਂ ਬਾਅਦ ਸ਼ੁਰੂ ਕਰਦੇ ਹੁਣ ਦੋ ਤਿੰਨ ਪ੍ਰੋਜੈਕਟ, ਹੁਣ ਗਰਮੀ ਗਰਮੀ ਫਿਲਮਾਂ 'ਤੇ ਲਾਵਾਂਗੇ। ਤੁਸੀਂ ਪਹਿਲਾਂ ਵੀ ਇੱਥੇ ਆਏ ਸੀ ਫਿਲਮ ਬਣਾਉਣ? ਮੇਰਾ ਖਿਆਲ ਉਹ ਹੋ ਗਈ ਕੰਪਲੀਟ, ਉਹ ਰਿਲੀਜ਼ ਕਰ ਦੇਣਗੇ ਮੇਰਾ ਖਿਆਲ ਅਗਸਤ ਤੱਕ ਹੋ ਗਿਆ ਜੀ। ਕੀ ਨਾਂ ਉਹਦਾ? ਅਜੇ ਨਾਂ ਦਾ ਉਹਦਾ ਉੱਦਾਂ ਰੱਖਿਆ ਸੀ ਟੈਂਪਰੇਰੀ ਬਣਜਾਰਾ, ਬਟ ਉਹ ਬਣਜਾਰੇ ਦਾ ਹੁਣ ਆਇਆ ਵੀ ਹੁਣ ਆਪਾਂ ਜਿਹੜੇ ਸੁਣਨ ਵਾਲੇ ਉਹਨਾਂ ਤੋਂ ਹੀ ਲਵਾਂਗੇ ਜਦੋਂ ਆ ਸ਼ੁਰੂ ਕਰਾਂਗੇ ਇੱਕ, ਬਈ ਕੀ ਹੋਣਾ ਚਾਹੀਦਾ, ਬਣਜਾਰਾ ਰੱਖਣਾ ਚਾਹੁੰਦੇ ਹੋ ਤੁਸੀਂ ਜਾਂ ਚੇਂਜ ਕਰ ਦਈਏ। ਬਣਜਾਰਾ ਅਸਲ 'ਚ ਵੰਗਾਂ ਵੇਚਣ ਵਾਲਾ ਹੁੰਦਾ, ਉਹ ਪਤਾ ਨਹੀਂ ਹੁਣ ਜਦੋਂ ਕਹਾਣੀ ਲਿਖੀ ਸੀ ਕੀ ਸੋਚ ਕੇ ਰੱਖਿਆ, ਬਸ ਦੇਖਦੇ ਹਾਂ। ਅੱਛਾ, ਸਾਨੂੰ ਇਹ ਦੱਸੋ ਵੀ ਤੁਸੀਂ ਸਮੇਂ ਸਮੇਂ ਸਿਰ ਜਿਹੜੇ ਗੀਤ ਲਿਖੇ ਅਤੇ ਗਾਏ ਨੇ ਉਹ ਉਸ ਵੇਲੇ ਦੀਆਂ ਪ੍ਰਸਥਿਤੀਆਂ ਨੂੰ ਜ਼ਰੂਰ ਦੱਸਦੇ ਰਹੇ। ਜੇ ਮੈਂ ਸੀਰੀਅਲ ਵਾਈਜ਼ ਸਾਲ ਤੋਂ ਬਾਅਦ ਦੂਜੇ ਸੀ ਤੀਜੇ ਚੌਥੇ ਸਾਲ ਦੇਖਦਾ ਤਾਂ ਕਦੇ ਜਦੋਂ ਜਦੋਂ ਵੀ ਸਿਆਸੀ ਹਾਲਾਤ ਬਦਲੇ, ਪੋਲਿਊਸ਼ਨ ਦੀ ਗੱਲ ਚੱਲੀ, ਪੁਲਿਸ ਦੇ ਬੰਦੇ ਮਾਰੇ ਗਏ ਔਰ ਜਿਹੜੀ ਜਿਹੜੀ ਵੀ ਗੱਲ ਸੀ ਉਹ ਤੁਸੀਂ ਹੁਣ ਜਿਹੜੀ ਲੇਟੈਸਟ ਆ ਉਹ ਕਾਹਦੇ 'ਤੇ ਕੰਮ ਕਰ ਰਹੇ ਹੋ, ਕਿਹੜੇ ਗੀਤ ਨੇ ਜਿਹੜੇ ਹੁਣ ਆ ਰਹੇ ਨੇ? ਆਹ ਤਾਂ ਐਂਟਰਟੇਨਮੈਂਟ ਹੈ ਜਿਹੜੀ ਹੁਣ ਕੈਸਟ ਆਈ ਇੱਕ ਸੀ ਪਾਗਲ, ਇਹਦੇ 'ਚ ਕੋਈ ਸਮਾਜਿਕ ਵਿਸ਼ਾ ਹੈ ਨਹੀਂ। ਪਰਿਸਥਿਤੀਆਂ ਦੇ ਹਿਸਾਬ ਨਾਲ ਮੈਨੂੰ ਲੱਗਦਾ ਜਿਹੜੀ ਅਗਲੀ ਦੌੜ ਜਾਂ ਸਾਡੀ ਸਟੇਟ ਦੀ ਉਹ ਤਾਂ
ਗੁਰਬਤ ਨਾਲ ਘੁਲਣ ਦੀ ਹੈ, ਗਰੀਬੀ ਬਹੁਤ ਆ ਗਈ, ਕਰਜ਼ਾ ਬਹੁਤ ਹੋ ਗਿਆ ਜ਼ਿਮੀਂਦਾਰਾਂ ਸਿਰ, ਤਾਂ ਕੁਛ ਇੱਕ ਸਬਜੈਕਟ ਇਹਨਾਂ 'ਤੇ ਹੀ ਹੈ ਜ਼ਿਆਦਾ। ਅੱਛਾ, ਮੈਨੂੰ ਲੱਗਦੀ ਹੈ ਸਭ ਤੋਂ ਜਿਹੜੀ ਬੇਸਿਕ ਨੀਡ ਤਾਂ ਫੂਡ ਹੈ, ਅਤੇ ਰੋਟੀ ਪੈਦਾ ਕਰਨ ਵਾਲਿਆਂ ਦਾ ਹਾਲ ਮਾੜਾ, ਉਹੀ ਹੈ ਕੋਸ਼ਿਸ਼। ਗਾਉਣ ਵਾਲਾ ਤਾਂ ਫਿਰ ਹਰ ਬੰਦੇ ਦਾ ਆਪਣਾ ਆਪਣਾ ਖੇਤਾ, ਉਹ ਉਹਦੇ 'ਚ ਕੰਮ ਕਰਦਾ ਰਹੇ ਤਾਂ ਅੱਛਾ, ਲਿਖੇ ਗਾਉਣ ਵਾਲਾ ਗਾ ਹੀ ਲਵੇ, ਉਹ ਸ਼ਾਇਦ ਉਹਨਾਂ ਲੀਡਰ ਕਾਮਯਾਬ ਨਾ ਹੋਵੇ, ਉਹ ਲੇਖਕ ਹੀ ਠੀਕ ਹੈ। ਪਿੱਛੇ ਜੇ ਕਿਸਾਨਾਂ ਬਾਰੇ ਗੱਲਬਾਤ ਕੀਤੀ ਸੀ, ਹਾਂ ਅਸੀਂ ਜਾਂਦੇ ਰਹੇ ਜੀ, ਆਪਾਂ ਇੱਕ ਜਿਹੜੀ ਸੰਸਥਾ ਬਣਾਈ ਸੀ ਵਨ ਹੋਪ ਵਨ ਚਾਂਸ, ਖਾਸੇ ਸੱਜਣ ਪ੍ਰੇਮੀ ਹੈ ਉਹ, ਅਸੀਂ ਅਜੇ ਤੱਕ ਤਾਂ ਆਪ ਹੀ ਆਪਣੇ ਆਪਣੇ ਕਮਾਈ 'ਚੋਂ ਹੀ, ਬਟ ਸਾਡੀ ਹੁਣ ਇਹ ਕੋਸ਼ਿਸ਼ ਹੈ ਵੀ ਹੋਰ ਲੋਕਾਂ ਨੂੰ ਵੀ ਜੋੜਿਆ ਜਾਵੇ ਤਾਂ ਕਿ ਵੱਧ ਇਮਦਾਦ ਹੋ ਸਕੇ। ਇਕੱਲਾ ਬੰਦਾ ਸ਼ਾਇਦ ਇੰਨੀ ਨਹੀਂ ਕਰ ਸਕਦਾ ਕਿਉਂਕਿ ਆਪਾਂ ਉਹਨੇ ਪੈਸੇ ਵਾਲੇ ਇੰਨੇ ਜ਼ਿਆਦਾ ਨਹੀਂ ਹੁੰਦੇ, ਕਿਉਂਕਿ ਤੁਹਾਡੇ 'ਚ ਲੋਕਾਂ ਦੀ ਦਿਲਚਸਪੀ ਇਸ ਕਰਕੇ ਵੀ ਮੇਰਾ ਖਿਆਲ ਹੈ ਬਬੂਮਾਨ ਵਧੀ ਆ, ਵੀ ਤੁਸੀਂ ਸਿਰਫ ਗੀਤਾਂ ਤੱਕ ਸਹਿਮਤ ਨਹੀਂ ਰਹੇ, ਸੀਮਤ ਨਹੀਂ ਰਹੇ, ਕਿ ਗੀਤ ਗਾਇਆ ਲਿਖਤਾ ਗਾਉਣ ਵਾਲੇ ਤਾਂ ਬਹੁਤ ਨੇ, ਹੁਣ ਜਦੋਂ ਵੀ ਕੋਈ ਗੱਲ ਚੱਲੀ ਆ, ਜਿਹੜਾ ਕਰੰਟ ਮਸਲਾ ਕੋਈ ਚੱਲਿਆ, ਹੁਣ ਨਾਨਕ ਸ਼ਾਹ ਫਕੀਰ ਦੀ ਗੱਲ ਚੱਲੀ, ਤੁਸੀਂ ਮੇਰਾ ਖਿਆਲ ਨਹੀਂ ਕਮੈਂਟਰੀ ਆਈ ਕਿਤੇ, ਤੁਸੀਂ ਉਹਨੂੰ ਕਿਹਾ ਕਿ ਮੈਂ 1,00,000 ਰੁਪਈਆ ਵੀ ਦਿੰਦਾ ਫਿਲਮ ਚਲਾਓ, ਲਾਓ ਨਾ ਚਲਾਓ ਲਾਓ, ਵੀ ਜੇ ਮੈਨੂੰ ਪੈਸੇ ਵੀ ਦੇਣੇ ਪਏ ਇਹ ਫਿਲਮ ਨਹੀਂ ਚੱਲਣੀ ਚਾਹੀਦੀ। ਇੱਕ ਪ੍ਰੋਡਿਊਸਰ ਦਾ ਖਰਚਾ ਹੋ ਗਿਆ, ਉਹਨੇ ਆਪਦੀ ਪੋਕਟ 'ਚੋਂ ਲਾਇਆ, ਇਹ ਉਹ ਹੈ ਆਪਣਾ ਪੰਜਾਬੀ। ਦੋ ਤਰ੍ਹਾਂ ਦੇ ਮੁੱਦੇ ਹੁੰਦੇ, ਇੱਕ ਹੁੰਦਾ ਮੁਖਾਲਫਤ, ਅੱਜ ਕੱਲ੍ਹ ਪੰਜਾਬੀ ਆਪਣੀ ਆਪਾਂ ਆਪਣੀ ਬਦਕਿਸਮਤੀ ਕੀ ਹੈ ਕਿ ਆਪਾਂ ਆਪਦੀਆਂ ਲੱਤਾਂ ਖਿੱਚੀ ਜਾਂਦੇ ਹਾਂ, ਕਿਸੇ ਮਸਲੇ 'ਤੇ ਚਾਰ ਬੰਦੇ ਇਕੱਠੇ ਨਹੀਂ ਹੋ ਸਕਦੇ। ਸੋ ਇਸ ਤਰ੍ਹਾਂ ਕਿ ਜਦੋਂ ਬਹੁਤ ਲੋਕਾਂ ਦੀ ਕਿਸੇ ਵੀ ਚੀਜ਼ 'ਚ ਆਸਥਾ ਹੁੰਦੀ ਹੈ ਤਾਂ ਉਹ ਕੰਮ ਨਾ ਕਰੋ, ਕਿਉਂਕਿ ਉਹ ਮੁਲਕ ਇੱਦਾਂ ਦਾ, ਉਹ ਆਸਤਿਕਤਾ ਬਹੁਤ ਜ਼ਿਆਦਾ, ਉੱਥੇ ਫਰੀਡਮ ਆਫ ਸਪੀਚ ਤਾਂ ਹੈ ਪਰ ਉਹਦੇ ਨਾਲ ਇਹ ਵੀ ਲਿਖਿਆ ਹੈ ਵੀ ਕਿਸੇ ਨੂੰ ਹਰਟ ਨਾ ਕਰੋ। ਤੁਹਾਡੇ ਮੁਲਕਾਂ 'ਚ ਹੋਰ ਸਿਸਟਮ ਹੈ, ਇੱਥੇ ਫਰੀਡਮ ਆਫ ਸਪੀਚ ਹੈ, ਕਿਸੇ ਨੂੰ ਕੀ ਹੁੰਦਾ ਉਹਦਾ ਸਿਸਟਮ ਪਤਾ ਨਹੀਂ ਕੀ ਹੈ, ਸਾਡੇ ਕਾਨੂੰਨ ਇਹ ਹੈ। ਸੋ ਮੈਨੂੰ ਲੱਗਦਾ ਜੇ ਕਾਨੂੰਨ ਤੌਰ 'ਤੇ ਦੇਖਿਆ ਜਾਵੇ ਤਾਂ ਉਹ ਉੱਥੇ ਰੇਟਾਂ ਦਾ ਸਿਸਟਮ ਐਡਾ ਲੰਬਾ ਕਿ ਜੇ ਬੰਦਾ ਕੋਈ ਵੀ ਸਬਜੈਕਟ ਬਣਾਉਂਦਾ, ਜੇ ਉਹ ਮੰਨ ਲਓ ਲਾਉਣਾ ਵੀ ਚਾਹੁੰਦਾ ਵੱਜਦਾ, ਤਾਂ ਕਚਹਿਰੀਆਂ 'ਚੋਂ ਇੰਨਾ ਕੁਛ ਹੋ ਜਾਂਦਾ ਵੀ ਜਾਣ ਨੂੰ ਤਾਂ ਬੰਦੇ ਦਾ ਟਾਈਮ ਲੱਗ ਜਾਂਦਾ। ਸੋ ਜੇ ਹੈ ਆਪਾਂ ਜੇ ਸੋਚ ਕੇ ਚੱਲੀਏ ਵੀ ਆਪਾਂ ਸਾਰੇ ਪੰਜਾਬੀ ਹਾਂ, ਤਾਂ ਜੇ ਇੱਕ ਬੰਦੇ ਨੇ ਬਹੁਤ ਪੈਸੇ ਲਏ ਤਾਂ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਕਰਕੇ ਦੇ ਦੇਣੇ ਚਾਹੀਦੇ ਤਾਂ ਕਿ ਉਹਦਾ ਲਾਸ ਨਾ ਹੋਵੇ। ਅਲਟੀਮੇਟਲੀ ਤਾਂ ਉਹਨੇ ਬਿਜ਼ਨਸ ਹੀ ਕਰਿਆ ਨਾ, ਹੋ ਸਕਦਾ ਉਹਦੀ ਆਸਥਾ ਇੱਦਾਂ ਦੀ ਹੋਵੇ, ਪਰ ਹੈ ਤਾਂ ਆਪਣਾ ਹੀ ਹੈ ਉਹ, ਰੈਦਰ ਦੈਨ ਅਬਿਊਜ਼ਿੰਗ ਹਿਮ, ਆਪਾਂ ਚਾਹੁੰਦੇ ਹਾਂ ਕਿ ਫਿਊਚਰ 'ਚ ਕੋਈ ਵੀ ਕੰਮ ਹੋਵੇ ਪਹਿਲਾਂ ਮੇਰੇ ਲੱਗਦੀ ਸਹਿਮਤੀ ਹੋ ਲੈਣੀ ਚਾਹੀਦੀ, ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਨਾਲ ਬੈਠਣਾ ਚਾਹੀਦਾ ਸੀ ਉਹਨੂੰ ਵਾਰ ਵਾਰ। ਬਾਕੀ ਹੋਰ ਰੋਮੈਂਟਿਸਿਜ਼ਮ ਤਾਂ ਤੁਹਾਡਾ ਬੜਾ ਕੰਟਰੋਲ ਆ, ਰੋਮੈਂਟਿਕ ਗੀਤ ਤੁਸੀਂ ਬਹੁਤ ਲਿਖੇ ਗਾਏ, ਔਰ ਬੱਬੂ ਮਾਨ ਦੇ ਜਿਹੜੀ ਪੋਇਟਰੀ ਆ ਉਹ ਰੋਮੈਂਟਿਸਿਜ਼ਮ ਦੇ ਵਿੱਚ ਕਮਾਲ ਹੈ। ਹੁਣ ਲੇਟਲੀ ਜਿਹੜਾ ਰੋਮੈਂਟਿਸਿਜ਼ਮ ਦਾ ਖਜ਼ਾਨਾ ਹੈ ਉਹ ਉਨਾ ਹੀ ਹੈ, ਚਸ਼ਮਾ ਚੱਲ ਰਿਹਾ? ਹਾਂ ਨਹੀਂ ਨਹੀਂ ਹੁੰਦਾ, ਦੇਖੋ ਰੋਮਾਂਚਿਤ ਆਦਮੀ ਹੁੰਦਾ, ਕਿ ਜ਼ਰੂਰੀ ਨਹੀਂ ਕਿ ਤੁਸੀਂ ਦਰਖਤਾਂ ਨੂੰ ਦੇਖ ਕੇ ਵੀ ਰੋਮਾਂਚਿਤ ਹੁੰਦੇ ਹੋ ਤੁਸੀਂ, ਨੇਚਰ ਮਦਰ ਨੂੰ ਦੇਖ ਕੇ ਹੈ ਨਾ, ਇਹ ਬੜੀ ਵੱਡੀ ਦੁਨੀਆ ਬੜੀ ਖੂਬਸੂਰਤ ਹੈ, ਤੁਹਾਡਾ ਤਾਂ ਆਹ ਸਟੇਟ ਤਾਂ ਆ ਕੇ ਤਾਂ ਇੱਥੇ ਤਾਂ ਸਾਹ ਲੰਬੇ ਲੈਂਦੇ ਅਸੀਂ, ਸਾਡੇ ਉੱਥੇ ਪੋਲਿਊਸ਼ਨ ਖਾਸਾ ਅੰਦਰ ਗਰਦਾ ਗਿਆ ਹੁੰਦਾ ਨਾ, ਕਿਉਂਕਿ ਹੁਣ ਦਿੱਲੀ ਦੁੱਲੀ 'ਚ ਤਾਂ ਇਹੀ ਕਰਤਾ ਉਹਨਾਂ ਨੇ ਵੀ ਜਿਹੜੇ ਬੱਚੇ ਫਿਊਚਰ 'ਚ ਪੈਦਾ ਹੋਣਗੇ ਉਹਨਾਂ ਦੇ ਸ਼ਾਇਦ ਫੇਫੜਿਆਂ ਨੂੰ ਜੰਮਦਿਆਂ ਨੂੰ ਅਸਰ ਹੋਊਗਾ, ਇੰਨਾ ਬੁਰਾ ਹਾਲ ਹੈ। ਈਵਨ ਜਿੱਦਾਂ ਚੰਡੀਗੜ੍ਹ ਵੀ ਬੜਾ ਸਾਫ਼ ਸਾਡਾ ਸ਼ਹਿਰ ਮੰਨਿਆ ਜਾਂਦਾ, ਪਰ ਉੱਥੇ ਵੀ ਪੋਲਿਊਸ਼ਨ ਦਰ ਬਹੁਤ ਜ਼ਿਆਦਾ ਹੈ ਆਮ ਬੰਦੇ ਦੇ ਰਹਿਣ ਲਈ, ਇੱਥੇ ਆ ਕੇ ਤਾਂ ਅਸੀਂ ਲੰਬੇ ਸਾਹ ਲੈਂਦੇ। ਅੱਛਾ, ਹੋਰ ਕਿਹੜੇ ਗੀਤ ਨੇ ਜਿਹੜੇ ਐਤਕੀ ਹੁਣ ਨਵੇਂ ਤੁਸੀਂ ਲੈ ਕੇ ਆਏ ਹੋ, ਲੋਕ ਉਤਸੁਕਤ ਨੇ ਜਾਣਨਾ? ਸਿੰਪਲ ਇੰਟਰਟੇਨਮੈਂਟ ਹੈ ਇਸ ਵਾਰੀ, ਇਹ ਕੈਸਟ 'ਚ ਜ਼ਿਆਦਾ ਇੰਟਰਟੇਨਮੈਂਟ ਹੈ, ਉੱਦਾਂ ਨਣਦ ਭਰਜਾਈ ਦੀ ਨੋਕ ਚੋਕ ਉੱਦਾਂ ਦਾ ਕੁਛ ਆਈਡੀਆ, ਇੱਕ ਜਿਮ ਨਾਲ ਰਿਲੇਟਡ ਗੀਤ ਹੈ ਤਾਂ ਰੋਮਾਂਸ ਹੈ, ਬਟ ਬਹਾਨਾ ਕਿ ਆਪਾਂ ਕਿੱਦਾਂ ਬਦਲਵੀਂ ਵਰਜਿਸ਼ ਕਰ ਸਕਦੇ ਹਾਂ, ਕਿ ਜ਼ਰੂਰੀ ਨਹੀਂ ਕਿ ਹਰ ਬੰਦਾ ਜਿਮ ਹੀ ਚਲੇ ਜਾਵੇ, ਕਈ ਵਾਰੀ ਕਈ ਬੰਦਿਆਂ ਦੀ ਰੀਚ 'ਚ ਨਹੀਂ ਹੁੰਦਾ, ਕਈ ਵਾਰੀ ਕਈ ਬੰਦੇ ਨਾਲ ਕੋਈ ਵਕਤ ਨਹੀਂ ਹੁੰਦਾ, ਤਾਂ ਮੈਨੂੰ ਲੱਗਦੀ ਉਹ ਜਿਹੜੀਆਂ ਨਵੀਆਂ ਟ੍ਰੇਨਿੰਗਸ ਆ ਉਹ ਤੁਸੀਂ ਆਪਦੇ ਰੂਮ 'ਚ ਹੀ ਕਰ ਸਕਦੇ ਹੋ। ਉਹ ਆਈਡੀਆ ਤਾਂ ਮਤਲਬ ਇਹੀ ਹੈ ਕਿ ਵਰਜਿਸ਼ ਕਰੋ, ਬਟ ਉਹ ਗਾਣੇ ਦਾ ਫਲਸਫਾ ਹੈ ਕਿ ਬਹਾਨਾ ਇੱਕ ਰੋਮਾਂਸ ਉਹਦਾ ਮੁੰਡਾ ਕੁੜੀ ਦਾ, ਬਟ ਇਹ ਹੈ ਕਿ ਤੁਸੀਂ ਬਦਲਵੀਆਂ ਵਰਜਿਸ਼ਾਂ ਵੀ ਕਰ ਸਕਦੇ ਹੋ। ਕੋਈ ਦੋ ਬੋਲ ਸੁਣਾਓ ਜ਼ਰੂਰ ਸਾਨੂੰ ਕਿਸੇ ਨਵੇਂ ਗੀਤ ਦੇ, ਵਰਜਿਸ਼ ਵਾਲੇ ਦੇ, ਜਾਂ ਜਿਹੜੀਆਂ ਨਵੀਆਂ ਹੁਣ ਕੁਛ ਐਲਬਮਸ ਤੁਸੀਂ ਤਿਆਰ ਕੀਤੀਆਂ। ਚੜ੍ਹਦੀ ਜਵਾਨੀ ਇੱਕ ਰੁੱਤ ਮਸਤਾਨੀ, ਵਾਗੇ ਅਥਰੀ ਘੋੜੀ ਦੀ ਦੱਸੋ ਫੜ ਕਿਹੜਾ ਜਾਨੀ, ਜਦ ਡੈਮੋਕ੍ਰੇਸੀ ਏ ਫਿਰ ਜੱਗ ਕਿਉਂ ਸੜਦਾ ਏ, ਉਹ ਕੁੜੀ ਜ਼ੁੰਬਾ ਕਰਦੀ ਏ ਮੁੰਡਾ ਸਰਕਟ ਕਰਦਾ ਏ। ਉਹ ਟਰਮਸ ਨੇ ਜਿਹੜੀਆਂ, ਜ਼ੁੰਬਾ ਇੱਕ ਡਿਫ ਡਾਂਸ ਵਾਲਾ ਵਰਜਿਸ਼ ਹੋ ਗਈ, ਸਰਕਟ ਵੀ ਇੱਕ
ਜਿੱਦਾਂ ਆਪਾਂ ਰੋਡਸ ਨਾਲ ਹੀ ਕਰ ਲੈਂਦੇ ਸਾਰੀਆਂ ਨੋਨ ਸਟੋਪ। ਤੁਸੀਂ ਇਹ 'ਚ ਪੂਰਾ ਤੁਹਾਡਾ ਬੱਜਰ ਵਿਸ਼ਵਾਸ ਹੈ ਵੀ ਗਾਉਣ ਵਾਲੇ ਆਪਣੇ ਗੀਤਾਂ ਰਾਹੀਂ ਪਬਲਿਕ ਨੂੰ ਇਨਫਲੂਐਂਸ ਕਰ ਸਕਦੇ ਨੇ? ਨਹੀਂ ਫਿਰ ਤਾਂ ਇਹਨਾਂ ਨੂੰ 117 ਸੀਟਾਂ ਦੇ ਦਿਓ, ਜਿੱਤੀ ਜਾਣਗੇ ਜੇ ਐਂ ਲੱਗਦਾ ਤੁਹਾਨੂੰ। ਤੁਸੀਂ ਦੱਸੋ। ਨਹੀਂ ਮੈਂ ਨਹੀਂ ਮੰਨਦਾ, ਦੇਖੋ ਇਹ ਦੁਨੀਆ, ਹਰ ਬੰਦੇ ਕੋਲ ਇੱਕ ਬ੍ਰੇਨ ਹੈ, ਉਹਨੇ ਕੀ ਅਡੋਪਟ ਕਰਨਾ ਉਹਦੀ ਸਿੰਕਿੰਗ ਹੈ। ਜੇ ਪਿੰਡ 'ਚ ਕੋਈ ਬੰਦਾ ਸ਼ਰਾਬ ਪੀਣ ਲੱਗਦਾ ਹੈ ਤਾਂ ਇਹਦਾ ਮਤਲਬ ਇਹ ਨਹੀਂ ਉਹ ਵਿਚਾਰਾ ਨਹੀਂ ਹੈਗਾ। ਆਪਾਂ ਕਹਿੰਦੇ ਵੀ ਵਿਚਾਰਾ ਯਾਰ ਬਹੁਤ ਦਾਰੂ ਪੀਣ ਲੱਗ ਗਿਆ, ਉਹ ਪੀਂਦਾ ਹੈ ਕਿਉਂਕਿ ਉਹਦੇ ਅੰਦਰ ਕੀੜਾ ਹੈ। ਉਹਨੂੰ ਕੋਈ ਗੁਆਂਢੀ ਨਹੀਂ ਲਾਉਂਦਾ, ਉਹਨੂੰ ਕਿਸੇ ਨੇ ਨਹੀਂ ਲਾਇਆ ਵੀ ਤੂੰ ਪੀਣ ਲੱਗ। ਹਾਂਜੀ ਮਸਲਨ ਮੈਂ ਤੁਹਾਨੂੰ ਦੱਸਦਾ, ਅਸੀਂ ਬੜੇ ਛੋਟੇ ਛੋਟੇ ਹੁੰਦੇ ਸੀ, ਸਾਡੇ ਪਿੰਡਾਂ 'ਚ, ਤੁਹਾਡੇ ਪਿੰਡਾਂ 'ਚ ਵੀ ਇਹੀ ਹੋਣਾ ਕਿ ਪਿੰਡਾਂ 'ਚ ਸ਼ਰਾਬ ਬਹੁਤ ਹੁੰਦੀ ਸੀ ਪਹਿਲਾਂ, ਹੁਣ ਤਾਂ ਚਲੋ ਵਾਸਤਾ ਨਹੀਂ ਉਸ ਤਰ੍ਹਾਂ ਦਾ, ਤੁਹਾਡੇ ਤਾਂ ਘਰੇ ਬਹੁਤ ਕੱਢਦੇ ਸੀ। ਹਾਂ ਤਾਂ ਸਾਡੇ ਪਿੰਡ ਠੇਕੇਦਾਰ ਵਾਸ ਸੀ, ਕਿਉਂਕਿ ਸਾਡੇ ਪਿੰਡ ਸੜਕ 'ਤੇ ਸੀ, ਉੱਥੇ ਰੇਡ ਰੂਟ ਪੈਂਦੀ ਰਹਿੰਦੀ ਸੀ, ਜਿਹੜੇ ਸੜਕ ਤੋਂ ਹਟਵੇਂ ਪਿੰਡ ਹੁੰਦੇ ਉੱਥੇ ਘਰਾਂ ਦੀ ਕੱਢਣ ਦਾ ਰਿਵਾਜ਼ ਸੀ ਜੀ। ਤਾਂ ਅਸੀਂ ਜਿੰਨੇ ਵੀ ਆਂਢੀ ਗੁਆਂਢੀ ਦੋ ਚਾਰ ਮੁੰਡੇ ਹੁੰਦੇ ਸੀ ਤਾਂ ਸਾਡੀ ਡਿਊਟੀ ਹੁੰਦੀ ਸ਼ਾਮ ਨੂੰ ਵੀ, ਸਾਡੇ ਤਾਸ਼ ਦੀ ਬਾਜੀ ਚੱਲਦੀ ਸੀ ਖੇਤਾਂ 'ਚ, ਤਾਂ ਸਾਰੇ ਫਿਰ ਜਦੋਂ ਉਹ ਜੀਰੀ ਜੂਰੀ ਦੇ ਦਿਨਾਂ 'ਚ ਇਕੱਠੇ ਬੈਠਦੇ ਸੀ, ਇੰਜਣ ਚਲਾ ਕੇ ਸਾਡੇ ਤੂਤਾਂ ਵਾਲਾ ਖੂਹ ਹੁੰਦਾ ਸੀ, ਉੱਥੇ ਤਾਸ਼ ਚੱਲਦੀ ਸੀ, ਫਿਰ ਜਿੱਤ ਹਾਰ ਫਿਰ ਬੋਤਲਾਂ ਦੀ ਸ਼ਰਤ ਲੱਗਦੀ ਸੀ। ਅਤੇ ਮੈਨੂੰ ਲੱਗਦਾ ਮੈਂ ਤਾਂ ਬਹੁਤ ਸਾਲ ਸ਼ਰਾਬ ਢੋਈ ਆ, ਫਿਰ ਮੈਂ ਤਾਂ ਪੀਣ ਨਹੀਂ ਲੱਗਿਆ। ਜੇ ਆਪਾਂ ਨੂੰ ਐਂ ਲੱਗਦਾ ਨਾ ਵੀ ਸ਼ਰਾਬੀਆਂ ਦੀ ਸ਼ਰਾਬ ਲਿਆਉਂਦੀ, ਸਾਡੇ ਚਾਚੇ ਤਾਏ ਸਾਰੇ ਪੀਂਦੇ ਸੀ, ਆਂਢੀ ਗੁਆਂਢੀ ਪੀਣ, ਅਤੇ ਮੈਂ ਤਾਂ ਨਹੀਂ ਲੱਗਿਆ ਪੀਣ। ਇਹ ਤਾਂ ਤੁਹਾਡੇ ਹੱਥ ਆ ਨਾ, ਬ੍ਰੇਨ ਕਾਹਦੇ ਲਈ ਮਿਲਿਆ? ਸੋ ਜੇ ਤੁਸੀਂ ਹੁਣ ਜਿਮ ਦੇ ਗਾਣੇ ਗਾਉਂਦੇ ਹੋ, ਲੋਕ ਜਿਮ ਕਰਨ ਲੱਗ ਪੈਣਗੇ, ਐਫਰਟ ਕਰਨਾ। ਜੇ ਪਿਸਤੌਲਾਂ ਦੇ ਗਾਣੇ ਗਾਉਂਦੇ ਹੋ, ਪਿਸਤੌਲ ਲੈ ਕੇ ਭੱਜਣ ਲੱਗ ਪੈਣਗੇ। ਜੇ ਕੋਈ ਮਹਿਜ ਇੱਕ ਐਂਟਰਟੇਨਮੈਂਟ ਹੁੰਦਾ, ਹੋਰ ਵੀ ਦੁਨੀਆ 'ਚ ਬਹੁਤ ਕੁਛ ਵਾਪਰਦਾ, ਇਕੱਲੇ ਗੀਤ ਹੀ ਕਿਉਂ ਇਹਦਾ ਬਣ ਜਾਂਦੇ ਆ? ਫਿਲਮਾਂ ਵੀ ਨੇ, ਦੇਖੋ ਫਿਲਮਾਂ ਤਾਂ ਵੱਡਾ ਮਾਧਿਅਮ ਹੈ, ਫਿਲਮਾਂ ਵੱਡਾ ਮਾਧਿਅਮ ਹੈ, ਜੇ ਗੀਤਾਂ ਨਾਲ ਲੱਗਦਾ ਇੱਦਾਂ ਲਾਉਣਾ ਫਿਰ ਤਾਂ ਬਹੁਤ ਮਹਾਨ ਲੋਕ ਹੋ ਗਏ ਫਿਰ ਗਾਉਣ ਵਾਲੇ, ਤਾਂ ਫਿਰ ਤਾਂ ਇਹਨਾਂ ਨੂੰ ਸਰਕਾਰੀ ਸਹੂਲਤਾਂ ਬਹੁਤ ਮਿਲਣੀਆਂ ਚਾਹੀਦੀਆਂ ਸੀ। ਪਰ ਹੁਣ ਤਾਂ ਸਾਰਾ ਜ਼ੋਰ ਲੱਗਿਆ ਪਿਆ, ਕਲਚਰਲ ਕਮਿਸ਼ਨ ਬਣਾ ਰਹੇ ਨੇ ਕਿ ਗੀਤਾਂ ਵਾਲਿਆਂ ਨੂੰ ਰੋਕੋ, ਇਹਨਾਂ ਨੂੰ ਹਟਾਓ, ਫਲਾਣੇ ਨੂੰ ਐਂਬੈਸਡਰ ਬਣਾਓ। ਸਾਡੀ ਇੱਕ ਬਦਕਿਸਮਤੀ ਹੈ, ਜੇ ਆਪਾਂ ਕਈ ਵਾਰੀ ਕਿਸੇ ਗੱਲ 'ਤੇ ਵਿਚਾਰ ਕਰਦੇ ਨਾ ਤਾਂ ਉਹ ਕਈ ਵਾਰੀ ਨੈਗੇਟਿਵ ਲੈ ਜਾਂਦੇ ਹਾਂ, ਤਾਂ ਇਸ ਕਰਕੇ ਬਹੁਤ ਗੱਲਾਂ ਦੇ ਜਵਾਬ ਬਹੁਤ ਹੈ ਪਰ ਆਪਾਂ ਇਸ ਕਰਕੇ ਚੁੱਪ ਕਰ ਜਾਂਦੇ ਕਿ ਇਸ ਤਰ੍ਹਾਂ ਦਾ ਮੈਸੇਜ ਨਾ ਚਲ ਜਾਵੇ ਵੀ ਅਸੀਂ ਸ਼ਾਇਦ ਕੋਈ ਬੰਦੂਕਾਂ ਵਾਲੇ ਗੀਤ ਪ੍ਰਮੋਟ। ਜੇ ਦੇਖੋ ਜੇ ਕਿਸੇ ਗਾਉਣ ਵਾਲੇ ਦਾ ਗੀਤ ਹਥਿਆਰ ਵਾਲਾ ਨਾ ਗਾਉਣ ਨਾਲ ਸਮਾਜ ਸੁਧਰਦਾ ਤਾਂ ਫਿਰ ਆਪਾਂ ਨਹੀਂ ਗਾਉਂਦੇ, ਬਟ ਮੈਨੂੰ ਇੱਦਾਂ ਨਹੀਂ ਲੱਗਦਾ ਕਿਉਂਕਿ ਬਾਕੀ ਤਾਂ ਸਾਰਾ ਕੁਝ ਸਮਾਜ 'ਚ ਚੱਲੀ ਜਾਂਦਾ, ਫਿਲਮਾਂ ਨੂੰ ਤਾਂ ਸੈਂਸਰ ਪਾਸ ਕਰਦਾ। ਈਵਨ ਜਿਹੜੇ ਕੋਈ ਆਪਾਂ ਹੁਣ ਤੱਕ ਗਾਣੇ ਗਏ, ਚਲੋ ਬਾਕੀ ਕੀ ਗਾਉਣਾ ਮੈਨੂੰ ਨਹੀਂ ਪਤਾ, ਤੂੰ ਤਾਂ ਸੈਂਸਰ ਤੋਂ ਪਾਸ ਹੋਏ ਹੋਏ ਨਾ, ਸੈਂਸਰ ਤਾਂ ਆਥੋਰਾਈਜ਼ਡ ਹੈ, ਉਹ ਤਾਂ ਸੈਂਟਰ ਗੌਰਮੈਂਟ ਨੇ ਬਣਾਇਆ ਹੋਇਆ ਬੰਬੇ ਵਾਲਾ, ਉੱਥੋਂ ਹੁਣ ਵੀ ਗਾਣੇ ਉੱਥੇ ਪਾਸ ਹੋ ਕੇ ਆਉਂਦੇ ਆ। ਬਿਨਾਂ ਪਾਸ ਹੋਏ ਤਾਂ ਟੀ ਵੀ 'ਤੇ ਹਿੰਦੁਸਤਾਨ 'ਚ ਗਾਣਾ ਨਹੀਂ ਚੱਲਦਾ, ਤੁਹਾਡੇ ਇੱਥੇ ਪਤਾ ਨਹੀਂ ਮੈਨੂੰ, ਉੱਥੇ ਸਾਰੇ ਗਾਣੇ ਵੀਡੀਓ ਪੂਰੇ ਪਾਸ ਹੋਣ ਤੋਂ ਬਾਅਦ ਸਰਟੀਫਿਕੇਟ ਮਿਲਦਾ, ਫਿਰ ਤੁਹਾਡਾ ਟੀ ਵੀ ਚਲਾਊਗਾ। ਬਟ ਫਿਰ ਵੀ ਜੇ ਸਟੇਟ ਗੌਰਮੈਂਟ ਨੂੰ ਲੱਗਦਾ ਕਿ ਅਸੀਂ ਨਵਾਂ ਕਾਨੂੰਨ ਬਣਾਉਣਾ ਚਾਹੁੰਦੇ ਹਾਂ, ਇਸ ਗੁੱਡ, ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਜਨਰੇਸ਼ਨ ਸੁਧਰਦੀ ਹੈ, ਬੜੀ ਅੱਛੀ ਗੱਲ ਹੈ, ਫਿਰ ਦੇਖ ਇਹ ਵੀ ਹੋ ਜਾਣਾ ਚਾਹੀਦਾ ਤਜੁਰਬਾ। ਪਰ ਮੈਨੂੰ ਲੱਗਦਾ ਜੇ ਸ਼ਰਾਬ ਦੇ ਗੀਤ ਜੇ ਠੇਕੀ ਨਹੀਂ ਹੋਣਗੇ ਫਿਰ ਸ਼ਰਾਬ ਕਿੱਥੋਂ ਹੋਗੀ, ਪਹਿਲਾਂ ਤਾਂ ਠੇਕੇ ਬੰਦ ਕਰ ਦੇਣੇ ਚਾਹੀਦੇ। ਉਮਰ ਦੇ ਤਜਰਬੇ ਦੇ ਨਾਲ ਵੱਖ ਵੱਖ ਗੀਤਾਂ 'ਚੋਂ ਗੁਜ਼ਰਦੇ ਹਾਂ, ਵੱਖ ਵੱਖ ਸਟੇਜਸ ਗੁਜ਼ਰਦੇ ਹਾਂ, ਹੁਣ ਕਿਵੇਂ ਲੱਗਦਾ ਤੁਸੀਂ, ਕਿੱਥੇ ਖੜੇ ਮਹਿਸੂਸ ਕਰਦੇ ਹੋ? ਆਪਣੇ ਆਡੀਅੰਸ ਨੂੰ ਜ਼ਰੂਰ ਦੱਸੋ ਇਹ ਚੀਜ਼। ਹੁਣ ਕੀ ਤਬਦੀਲੀ ਹੈ? ਸਥਿਰ ਹੋ ਜਾਂਦਾ, ਸ਼ਾਂਤ ਹੋ ਜਾਂਦਾ ਥੋੜ੍ਹਾ ਜਿਹਾ, ਮੈਨੂੰ ਲੱਗਦੀ ਹੈ ਮੁਲਾਂਕਣ ਕਰ ਲੈਂਦਾ ਫਿਰ ਰੁਕ ਕੇ ਕਈ ਚੀਜ਼ਾਂ, ਥੋੜ੍ਹੀ ਸ਼ਾਂਤੀ। ਨਹੀਂ ਨਹੀਂ ਹੁਣ ਤਾਂ ਕਾਫੀ ਦੇਰ ਤਾਂ ਸ਼ਾਂਤੀ ਹੈ ਜੀ, ਰਿਐਕਟ ਘੱਟ ਕਰਦੇ ਹਾਂ। ਇਹ ਤੁਸੀਂ ਜਿਹੜਾ ਰਿਸਪੋਂਸ ਹੈ ਉਹ ਕੰਟਰੋਲ ਕੀਤਾ? ਨਹੀਂ ਕਈ ਵਾਰੀ ਦੇਖੋ ਇਹ ਦੁਨੀਆ ਹੈ, ਹਰ ਬੰਦਾ ਹਰ ਚੀਜ਼ ਨਾਲ ਸੰਤੁਸ਼ਟ ਨਹੀਂ ਹੋ ਸਕਦਾ, ਤੂੰ ਹਰ ਬੰਦੇ ਨੂੰ ਹਰ ਗੀਤ ਨਾਲ ਸੰਤੁਸ਼ਟ ਨਹੀਂ ਕਰਿਆ ਜਾ ਸਕਦਾ, ਹਰ ਬੰਦੇ ਦੀ ਆਪਣੀ ਆਪਣੀ ਚੋਇਸ ਹੈ। ਔਰ ਮੋਰ ਓਵਰ ਹੁਣ ਤਾਂ ਸਾਡੇ ਤਾਂ ਹੁਣ ਟੀ ਵੀ ਟੂਵੀ ਦਾ ਵੀ ਘੱਟਦਾ ਜਾਂਦਾ ਚੱਲਣ, ਤਾਂ ਯੂਟਿਊਬ ਹੀ ਰਹਿ ਗਈ, ਅਤੇ ਬਹੁਤੇ ਗਾਣੇ ਯੂਟਿਊਬ 'ਤੇ ਤੁਹਾਡੀ ਮਰਜ਼ੀ ਹੈ ਤੁਸੀਂ ਦੇਖਣਾ ਚਾਹੁੰਦੇ ਹੋ ਕਿ ਨਹੀਂ, ਤੂੰ ਇਹ ਤਾਂ ਇਹ ਹੁਣ ਆਡੀਅੰਸ ਦੇ ਹੱਥ ਕੰਟਰੋਲ ਹੈ, ਚੰਗਾ ਲੱਗੂ ਤਾਂ ਵੇਖ ਲੈਣਗੇ ਨਹੀਂ ਤਾਂ ਨਹੀਂ ਵੇਖਣਗੇ। ਬੱਬੂ ਮਾਨ ਜੀ, ਜਿਹੜੀ ਦੌਲਤ ਅਤੇ ਸ਼ੋਹਰਤ ਹੈ ਆਮ ਤੌਰ 'ਤੇ ਬੰਦੇ ਦੇ ਪੈਰ ਚੱਕ ਦਿੰਦੀ ਹੈ, ਤੁਸੀਂ ਕਾਫੀ ਕਾਬੂ ਰੱਖਿਆ, ਸ਼ੋਹਰਤ ਅਤੇ ਦੌਲਤ ਨੇ ਪੈਰ ਨਹੀਂ ਤੁਸੀਂ ਛੱਡੇ, ਕੀ ਐਫਰਟਸ ਕਰਦੇ ਰਹੇ ਇਹਦੇ ਲਈ? ਨਹੀਂ ਇਹ ਤਾਂ ਤਾਲੀਮ ਹੀ ਹੈ ਜੀ, ਜਿੱਦਾਂ ਦੇ ਤੁਹਾਡੇ ਬਜ਼ੁਰਗਾਂ ਤੋਂ ਤੁਹਾਨੂੰ ਥੋਟ ਮਿਲਦੇ ਆ ਤੁਸੀਂ ਅੱਗੇ ਸਹਿਜ ਲੈ ਲਓ ਤਾਂ ਫਿਰ ਕੁਛ ਵੀ ਨਹੀਂ, ਜੇ ਹਰ ਚੀਜ਼ ਨੂੰ ਸਹਿਜ ਲੈ ਲਓ, ਬਹੁਤ ਜ਼ਿਆਦਾ ਖੁਸ਼ੀ ਮਨਾ ਲੈਣੀ ਕਿਸੇ ਚੀਜ਼ ਦੀ ਉਹ ਵੀ ਕੋਈ ਬਹੁਤੀ ਚੰਗੀ ਨਹੀਂ, ਬਹੁਤ ਜ਼ਿਆਦਾ ਦੁੱਖ ਵੀ ਨਹੀਂ, ਨਿਊਟਰਲ ਰਹੋਗੇ ਤਾਂ ਅੱਛੇ ਰਹੋਗੇ। ਹੁਣ ਕੋਈ ਇਸ ਸਟੇਜ ਦੇ ਉੱਤੇ ਨਵੇਂ ਐਕਸਪੈਰੀਮੈਂਟ ਕਰਨ ਦੀ? ਜ਼ਿਆਦਾ ਤਜਰਬਿਆਂ 'ਤੇ ਹੈ, ਅੰਗਰੇਜ਼ੀ ਗੀਤ ਕਰਨੇ ਦੋ ਤਿੰਨ। ਅੱਛਾ ਜੀ। ਹਾਂ ਤੁਸੀਂ ਉਰਦੂ ਦੇ ਹਿੰਦੀ ਦੇ ਗੀਤ ਗਾਏ?
ਹਿੰਦੁਸਤਾਨੀ ਚ। ਹਾਂਜੀ ਸਪੈਨਿਸ਼ ਵੀ ਇੱਕ ਮੈਂ ਟਰਾਈ ਕਰ ਰਿਹਾ, ਇੱਦਾਂ ਜੋੜ ਤੋੜ ਜਿਹਾ ਕਰਾਇਆ, ਕੋਈ ਸੱਜਣਾ ਨੂੰ ਕਿਹਾ ਬਣਾਓ ਥੋੜ੍ਹਾ ਜਿਹਾ, ਅੱਛਾ ਹੈਲਪ ਕਰੋ। ਅੰਗਰੇਜ਼ੀ ਦੇ ਗੀਤ ਜਿਹੜੇ ਲੱਗਿਆ ਤਾਂ ਹੋਇਆ ਦੇਖੋ ਹੁਣ, ਕੰਟਰੀ ਮਿਊਜ਼ਿਕ ਦੇ ਜ਼ਿਆਦਾ ਬੈਟਰ ਰਹਿਣਗੇ ਕਿਉਂਕਿ ਆਪਾਂ ਪਿੰਡ ਵਾਲੇ ਹਾਂ ਨਾ। ਅੱਛਾ ਜੀ। ਹਾਂ ਮੈਲੋਡੀਅਸ, ਜਿੱਦਾਂ ਮੈਲੋਡੀ ਤਾਂ ਇੱਕੋ ਹੈ ਦੇਖੋ, ਭਾਸ਼ਾ ਦਾ ਫਰਕ ਹੈ। ਕੰਪੋਜੀਸ਼ਨ ਤਾਂ ਤੁਸੀਂ ਪੂਰੀ ਦੁਨੀਆਂ ਚੱਕ ਕੇ ਦੇਖ ਲਓ, ਕਿਤੇ ਨਾ ਕਿਤੇ ਨੇੜੇ ਤੇੜੇ ਮਿਲਦੀਆਂ। ਸਾਡੇ ਸਿੰਗਲ ਡਬਲ ਦਾ ਰਿਵਾਜ਼ ਆ, ਭੰਗੜੇ ਵਾਲੇ ਗੀਤ ਸਾਡੇ ਸਿੰਗਲ ਹੈ, ਪਰ ਜਿੱਦਾਂ ਹੁਣ ਆਪਾਂ ਕਈ ਵਾਰੀ ਕਰਦੇ ਨਾ ਪਿੰਡ ਦੇ ਮੋੜ 'ਤੇ ਡਬਲ ਬੀਟ, ਇਸੇ ਤਰ੍ਹਾਂ ਦੀ ਬੀਟ ਤੁਹਾਨੂੰ ਮਿਡਲ ਈਸਟ 'ਚ ਬਹੁਤ ਮਿਲੂਗੀ। ਬਸ ਫਰਕ ਕੀ ਹੈ ਕਿ ਉਹਦੇ 'ਚ ਦੋ ਚਾਰ ਇੰਸਟਰੂਮੈਂਟ ਇੱਦਾਂ ਦੇ ਜੋੜਨੇ ਆ, ਬੋਂਗੋ ਹੋ ਗਈ ਆ ਜਿਹੜੀਆਂ ਹੱਥਾਂ ਨਾਲ ਪਲੇ ਹੁੰਦੇ ਆ ਨਾ, ਤਾਂ ਅਫਰੀਕਾ 'ਚ ਉਹ ਜ਼ੁੰਬਾ ਪਲੇ ਕਰਦੇ ਆ, ਉਹ ਇੱਦਾਂ ਥੋੜ੍ਹਾ ਥੋੜ੍ਹਾ ਹੀ ਫਰਕ ਹੈ, ਜ਼ਿਆਦਾ ਨਹੀਂ, ਨੇੜੇ ਹੀ ਹੈ ਜਨਰੇਸ਼ਨ, ਬਸ ਭਾਸ਼ਾ ਦਾ ਹੀ ਫਰਕ ਆ, ਕੋਸ਼ਿਸ਼ ਕਰਦੇ ਆ, ਐਫਰਟ ਕਰਨ 'ਚ ਕੀ ਜਾਂਦਾ। ਸੋ ਪੰਜਾਬੀ ਦੇ ਗੀਤਾਂ 'ਚ ਕੋਈ ਨਵਾਂ ਰੰਗ ਭਰਨ ਦੀ, ਜਾਂ ਤੁਸੀਂ ਕਈ ਇੰਸਟਰੂਮੈਂਟ ਸੀ ਪਿਛਲੀ ਵਾਰ ਤੁਸੀਂ ਦੱਸਿਆ ਸੀ ਕਿ ਮੈਂ ਆਪ ਵੀ ਟਰਾਈ ਕਰ ਲੈਣਾ, ਜਾਂ ਮੈਂ ਕੰਪਿਊਟਰ ਦਾ ਇਸਤੇਮਾਲ ਆਪ ਹੀ ਕਰਦੇ ਸਾਰਾ, ਆਪ ਪਿਛਲੇ 5-7 ਸਾਲ ਤੋਂ ਸਾਰਾ ਸੀਕੁਐਂਸ ਹੀ ਆਪ ਕਰਦੇ ਹਾਂ। ਟੈਕਨੀਸ਼ੀਅਨ ਵੀ ਹਾਂ ਮੈਂ। ਅੱਛਾ ਅੱਛਾ। ਕਿਉਂਕਿ ਨੋਰਮਲੀ ਕੀ ਹੁੰਦਾ, ਜਿਹੜਾ ਸੰਗੀਤਕਾਰ ਜ਼ਿਆਦਾ ਪਹਿਲਾਂ ਰਿਵਾਜ਼ ਹੁੰਦਾ ਸੀ ਕਿ ਕੀਬੋਰਡ ਵਾਲਿਆਂ ਨੂੰ ਬਿਠਾ ਲਿਆ ਅਤੇ ਗਾਣੇ ਦੇ ਦਿੱਤੇ, ਅਤੇ ਬਹੁਤੇ ਸੰਗੀਤਕਾਰ ਤਾਂ ਪੀਸ ਵੀ ਨਹੀਂ ਬਣਾਉਂਦੇ, ਉਹ ਵਿਚਾਰੇ ਆਪ ਹੀ ਬਣਾ ਬਣਾ ਦਿੰਦੇ, ਆਈਡੀਆ ਹੁੰਦਾ, ਕੰਪੋਜੀਸ਼ਨ ਹੁੰਦੀ ਹੈ, ਅਤੇ ਕੰਪੋਜ਼ਰ ਬਹੁਤ ਥੋੜ੍ਹੇ ਆਪਣੇ, ਬਹੁਤ ਘੱਟ ਆ। ਬੰਬੇ ਤਾਂ ਹੈਗੇ ਆ ਫਿਲਮ ਇੰਡਸਟਰੀਆਂ 'ਚ, ਉੱਥੇ ਤਾਂ ਹੈਗਾ ਸੀ ਰਿਵਾਜ਼, ਹੁਣ ਉੱਥੇ ਵੀ ਘੱਟ ਗਿਆ, ਨੈਸ਼ਨਲ ਕੰਪੋਜ਼ਰ ਬੜੇ ਥੋੜ੍ਹੇ ਆ। ਸੋ ਇਹ ਤਾਂ ਸਾਰਾ ਕੰਮ ਆਪ ਹੀ ਕਰਦੇ ਆਪਾਂ ਆਪਣੇ ਸਟੂਡੀਓ 'ਚ, ਜਿੰਨੇ ਵੀ ਕੈਸਟਾਂ ਪਿਛਲੇ 5-7 ਸਾਲ ਤੋਂ ਆਈਆਂ। ਆਪਣਾ ਸਮਾਂ ਥੋੜ੍ਹਾ ਰਹਿੰਦਾ ਜਾਂਦਾ, ਤੁਸੀਂ ਜਿਹੜੀ ਇੱਕ ਕੌਂਸਰਟ ਹੋਣੀ ਹੈ 5 ਤਰੀਕ ਨੂੰ ਪੀਆਰ ਨਿਕੋਲਸੀਅਮ ਦੇ ਵਿੱਚ, ਇਹਦੇ ਬਾਰੇ ਹੋਰ ਦੱਸੋ ਤੁਸੀਂ, ਇਹਦੇ 'ਚ ਕੀ ਵੱਖਰਾ ਕਰੋਗੇ? ਕਈ ਵਾਰੀ ਐਂਟਰੀ ਦਾ ਕੋਈ ਫਰਕ ਪਾ ਦਿੰਦੇ ਜਾਂ ਕੋਈ ਹੋਰ ਨਵੀਆਂ, ਅੱਜ ਕੱਲ੍ਹ ਬੜੇ ਉਹ ਹੁੰਦਾ, ਉਹ ਜਿਹੜੇ ਸਟਾਰ ਫੀਲ ਕਰਦੇ, ਉਹ ਹਵਾ 'ਚ ਉਤਰਦੇ ਆ, ਹਵਾ 'ਚ ਉਤਰਨਾ, ਲਟਕ ਨਹੀਂ, ਮੈਂ ਤਾਂ ਆਮ ਬੰਦਾ, ਮੋਟਰਸਾਈਕਲ 'ਤੇ ਐਂਟਰ ਕਰਨੀ, ਮੈਂ ਤਾਂ ਜ਼ਿਮੀਦਾਰ ਹਾਂ, ਗੀਤਾਂ ਦੀ ਖੇਤੀ ਕਰਦਾ, ਮੈਂ ਉੱਦਾਂ ਹੀ ਆਊਂਗਾ, ਸਹਿਜ ਹੀ ਹਾਂ ਮੈਂ, ਇੱਦਾਂ ਦਾ ਕੁਛ ਨਹੀਂ। ਅਸੀਂ ਦਿੱਲੀ ਸ਼ੋਅ ਕਰਿਆ ਸੀ, ਬਹੁਤ ਦੇਰ ਬਾਅਦ ਅਸੀਂ ਦਿੱਲੀ ਕਰੇ ਨਹੀਂ ਸੀ, ਬਹੁਤ ਸਾਲ ਤੋਂ। ਅੱਛਾ। ਦੁਬਾਰਾ ਸ਼ੁਰੂ ਕੀਤਾ, ਤਾਂ ਉਹ ਜਦੋਂ ਆਇਆ ਨਾ ਪ੍ਰਮੋਟਰ ਰਾਤ ਨੂੰ, ਕਹਿੰਦਾ ਭਾਅ ਜੀ ਤੁਹਾਡੀ ਐਂਟਰੀ ਬੜੀ ਕਮਾਲ ਰੱਖੀ ਹੈ। ਮੈਂ ਕੀ ਗੱਲ, ਕਹਿੰਦਾ ਉਹ ਬੁਲਟ ਲਿਆਂਦਾ ਮੈਂ ਅਤੇ ਉਹਦੇ 'ਤੇ ਜਾਣਾ। ਮੈਂ ਕਿਹਾ, ਕਹਿੰਦਾ ਮੈਂ ਕਿਹਾ ਤੂੰ ਵੀ ਪਿੱਛੇ ਬੈਠਣਾ? ਕਹਿੰਦਾ ਬਿਠਾ ਲਓ ਤਾਂ ਵੱਲੇ ਵੱਲੇ। ਮੈਂ ਕਿਹਾ ਜੇ ਬ੍ਰੇਕ ਨਾ ਲੱਗੀ ਫਿਰ ਸ਼ੋਭ ਨਹੀਂ ਹੋਣਾ ਨਾ। ਉਹ ਹੁੰਦਾ ਹੈ ਪ੍ਰਮੋਟਰ ਨੂੰ ਐਸੇ ਕਰ ਦੇਂਗੇ, ਐਸਾ ਕੁਛ ਨਹੀਂ ਹੁੰਦਾ, ਗੀਤ ਗੀਤ ਹੁੰਦਾ, ਜਿਹਨੇ ਗੀਤ ਸੁਣਨਾ ਨਾ ਉਹ ਗੀਤ ਸੁਣ ਨਹੀਂ ਆਇਆ, ਉਹ ਇਸ ਸ਼ੋਸ਼ੇ ਤੋਂ ਭਰਿਆ। ਬੱਬੂ ਮਾਨ ਦੇ ਸ਼ੋਅ 'ਚ ਲੋਕ ਸਿਰਫ ਗੀਤ ਸੁਣ ਨਹੀਂ ਜਾਂਦੇ, ਉਹ ਤੁਹਾਡੀਆਂ ਗੱਲਾਂ ਬਾਤਾਂ, ਤੁਹਾਡਾ ਜਿਹੜਾ ਸ਼ੁਗਲ ਛੱਟਾ ਜਿਹੜਾ ਤੁਸੀਂ ਉੱਥੇ ਕਰਦੇ ਹੋ, ਉਹ ਵੀ ਸੁਣ ਜਾਂਦੇ। ਹਾਂ ਆਪਾਂ ਦੇਖੋ, ਅਦਾਕਾਰ ਦਾ ਕੰਮ ਹੈ ਖੁਸ਼ ਕਰਨਾ, ਚੰਦ ਪਲਾਂ ਦੀ ਖੁਸ਼ੀ ਹੈ। ਤੁਸੀਂ ਇੱਥੇ ਦੇਖੋ, ਆਪਾਂ ਹੁਣ ਕੰਮ ਕਰਦੇ, ਤੁਸੀਂ ਅਸੀਂ ਵੀ ਕੰਮ 'ਚ ਬਿਜ਼ੀ ਹਾਂ, ਜਦੋਂ ਆਪਾਂ ਇੱਕ ਸਬੱਬ ਬਣੂਗੇ ਇੱਕ ਸ਼ਾਮ ਨਾਲ, ਇਹਦੇ ਨਾਲ 2-3 ਚੀਜ਼ਾਂ ਹੁੰਦੀਆਂ। ਦੇਖੋ ਆਪਾਂ ਮਨੋਰੰਜਨ ਤਾਂ ਕਰਦੇ ਹਾਂ, ਇਹ ਕਿਤੇ ਨਾ ਕਿਤੇ ਚੀਜ਼ਾਂ ਦਰਜ ਵੀ ਹੁੰਦੀਆਂ। ਇਹ ਇਹਨਾਂ ਮੁਲਕਾਂ 'ਚ ਅਸੀਂ ਕਈ ਤਰ੍ਹਾਂ ਦੇਖੋ, ਜਦੋਂ ਅਸੀਂ ਕੈਨੇਡਾ 'ਚ ਪੰਜਾਬੀ ਹਾਂ ਤਾਂ ਪੰਜਾਬੀ ਹਰ ਤਰ੍ਹਾਂ ਨਾਲ ਅੱਗੇ ਚਾਹੀਦੇ, ਸਾਡੇ ਸ਼ੋਅ ਬਿਜ਼ਨਸ ਵੀ ਦਰਜ ਹੋਣੇ ਚਾਹੀਦੇ ਉਹਨਾਂ ਦੇ, ਕਿ ਅਸੀਂ ਸਾਡੇ ਹਾਲ 'ਚ ਵੀ ਅਸੀਂ ਸਾਡੇ ਵੀ ਇੰਨਾ ਇਕੱਠ ਹੋਇਆ, ਅਤੇ ਇਹ ਸਾਡਾ ਇੱਥੋਂ ਸਰਕਾਰ ਨੂੰ ਟੈਕਸ ਵੀ ਜਾਊਗਾ, ਅਤੇ ਅਸੀਂ ਇਸ ਮੁਲਕ ਲਈ ਚੰਗੇ ਹਾਂ, ਅਤੇ ਸਾਡੇ ਸਾਡੇ ਕੁਣਬੇ ਨੂੰ ਹੋਰ ਸਹੂਲਤਾਂ ਵੀ ਮਿਲਣ, ਕਿਉਂਕਿ ਅਸੀਂ ਹਰ ਤਰ੍ਹਾਂ ਨਾਲ ਹਰ ਖੇਤਰ 'ਚ ਅਸੀਂ ਯੋਗਦਾਨ ਪਾ ਰਹੇ ਹਾਂ, ਸਿੱਧੇ ਜਾਂ ਸਿੱਧੇ ਤੌਰ 'ਤੇ। ਤੁਹਾਡੇ ਜਿਹੜੇ ਪੈਸੇ ਦੀ ਟਿਕਟ, ਉਹਨਾਂ 'ਚੋਂ ਵੀ ਸਰਕਾਰ ਨੂੰ ਟੈਕਸ ਜਾਂਦਾ। ਇਹ ਜਿਹੜੇ ਰਿਕਾਰਡ ਆ PNE ਦਾ ਮਤਲਬ ਮੰਤਵ ਇਹ ਹੈ ਕਿ ਉਹ ਛੋਟਾ ਪੈ ਜਾਂਦਾ ਕਈ ਵਾਰੀ ਹਾਲ, ਕਿ ਹੋਰ ਵੱਧ ਆਉਣ, ਅਸੀਂ ਹੋਰ ਇਕੱਠ ਕਰੀਏ, ਤਾਂ ਕਿ ਇਹਨਾਂ ਕੰਸਰਟਾਂ 'ਚ ਸਾਡਾ ਵੀ ਜ਼ਿਕਰ ਹੋਵੇ, ਕਿ ਕੈਨੇਡਾ ਦੇ ਵੱਡੇ ਕਿਹੜੇ ਹੋਏ ਜੀ, ਇਹ ਸਾਡਾ ਵੀ ਪੰਜਾਬੀ ਵੀ ਹੋਇਆ ਉਹਦੇ 'ਚ, ਜਿਹੜੇ ਪਹਿਲੇ 5 ਹੈ ਜਾਂ ਪਹਿਲੇ 7। ਤੁਸੀਂ ਬਹੁਤ ਲੰਬਾ ਸਮਾਂ ਸਟੂਡੈਂਟਸ ਰਹੇ ਹੋ ਮੇਰੇ, ਪੰਜਾਬ ਯੂਨੀਵਰਸਿਟੀ, ਮੇਰੇ ਮਾਣ ਆ ਆਪਾਂ ਇੱਕੋ ਯੂਨੀਵਰਸਿਟੀ 'ਚ ਪੜ੍ਹੇ ਹਾਂ। ਹੁਣ ਉੱਥੋਂ ਪੰਜਾਬ ਤੋਂ ਵਿਦਿਆਰਥੀ ਬਹੁਤ ਆਏ ਨੇ ਇਹਨਾਂ ਯੂਨੀਵਰਸਿਟੀਆਂ 'ਚ ਪੜ੍ਹਨ, ਇਹਨਾਂ ਕਾਲਜਾਂ 'ਚ ਪੜ੍ਹਨ ਲਈ। ਹਾਂ ਚੰਗੀ ਗੱਲ ਹੈ ਜੀ, ਤੁਹਾਡੀ ਗਿਣਤੀ ਜਿਹੜੀ ਆ ਉਹ ਤੁਹਾਡੀ ਫੈਨਸ ਦੀ ਹੈ, ਜਿਹੜਾ ਖਲੋ ਇੱਥੇ ਸ਼ਾਇਦ ਉਹ 5 ਤਰੀਕ ਨੂੰ ਆਉਣਗੇ ਵੀ, ਉਹਨਾਂ 'ਚੋਂ ਕਾਫੀ ਵੱਡੀ ਗਿਣਤੀ 'ਚ। ਦਰਅਸਲ ਉੱਥੇ ਨਾ ਤਾਂ ਨੌਕਰੀਆਂ ਸਾਡੇ ਉੱਥੇ, ਨਾ ਫੈਸਿਲਿਟੀ ਹੈ, ਤੁਹਾਡੇ ਜ਼ਿੰਦਗੀ ਦਾ ਇੱਕ ਜਿੱਦਾਂ ਕਹਿੰਦੇ ਕਿ ਇਹਦੀ ਕੀਮਤ ਬਹੁਤ ਹੋ ਰਹੀ ਤੁਹਾਡੇ ਜ਼ਿੰਦਗੀ ਦੀ। ਜਿਹੜਾ ਬੰਦਾ ਇੱਥੇ ਪੱਕਾ ਹੋ ਜਾਂਦਾ ਇਸ ਮੁਲਕ, ਉਹਦੀ ਜ਼ਿੰਮੇਵਾਰੀ ਸਰਕਾਰ ਲੈ ਲੈਂਦੀ ਹੈ। ਇਸ ਕਰਕੇ ਨਵੀਂ ਜਨਰੇਸ਼ਨ ਮੈਨੂੰ ਲੱਗਦਾ ਨਹੀਂ ਜਿਹੜਾ 10ਵੀਂ ਪਾਸ ਤੋਂ ਬਾਅਦ ਨੰਬਰ ਲੈ ਲੈਂਦਾ ਰਹਿਣਾ ਚਾਹੁੰਦਾ। ਫਿਰ ਮੈਨੂੰ ਲੱਗਦਾ ਪਹਿਲਾਂ ਕੈਨੇਡਾ, ਫਿਰ ਉਦੋਂ ਬਾਅਦ ਫਿਰ ਜਾਂ ਆਸਟ੍ਰੇਲੀਆ, ਦੋ ਜਗ੍ਹਾ, ਇੰਗਲੈਂਡ ਥੋੜ੍ਹਾ ਜਿਹਾ ਘੱਟ ਗਿਆ ਕਿਉਂਕਿ ਉਹਨਾਂ ਨੇ ਸਖਤੀ ਕਰਤੀ, ਅਦਰਵਾਈਜ਼ ਮੈਨੂੰ ਨਹੀਂ ਲੱਗਦਾ ਵੀ 10ਵੀਂ ਤੋਂ ਬਾਅਦ ਪਿੰਡ ਦਾ ਕੋਈ ਮੁੰਡਾ ਕਹਿੰਦਾ ਵੀ ਮੈਂ ਇੱਥੇ ਆਹ ਕਰੂੰਗਾ, ਉਹ ਕਹਿੰਦਾ ਨਾ ਬਾਹਰ ਹੀ ਜਾਣਾ ਮੈਂ ਤਾਂ ਭਾਈ ਜੀ। ਸੋ ਬ੍ਰੇਨ ਡਰੇਨ ਦਾ ਨਹੀਂ ਤੁਹਾਨੂੰ ਲੱਗਦਾ ਕੋਈ? ਨਹੀਂ ਇੱਦਾਂ ਦਾ ਕੁਛ ਨਹੀਂ, ਦੇਖੋ ਰੁਜ਼ਗਾਰ ਲਈ ਕਿਤੇ ਵੀ ਜਾਣਾ ਪਊਗਾ, ਔਰ ਦੁਨੀਆ ਇੱਕ ਹੋ ਰਹੀ ਅੱਛੀ ਗੱਲ ਹੈ, ਇਹਦੇ ਨਾਲ ਪਾੜੇ ਘਟਣਗੇ ਲੋਕਾਂ ਦੇ, ਨਫ਼ਰਤ ਘਟੂਗੀ, ਸਾਰੀਆਂ ਭਾਸ਼ਾਵਾਂ ਮਿਲਣਗੀਆਂ, ਇੱਕ ਦੂਜੇ ਦੇ ਨੇੜੇ ਹੋਣਗੀਆਂ, ਤਾਂ ਫਿਰ ਜਦੋਂ ਇੱਕ ਹੀ ਭਾਸ਼ਾ ਹੋ ਜੂਗੀ ਪੂਰੀ ਦੁਨੀਆ ਦੀ, ਮੈਨੂੰ ਲੱਗਦੇ ਨਹੀਂ ਲੜਾਈ ਹੋ ਗਈ ਇਹਦੀ, ਤਾਂ ਭਾਸ਼ਾ ਦਾ ਰੰਗ ਦੇ ਹੀ ਹੈ।
ਇਹਨਾਂ ਸਟੂਡੈਂਟਸ ਨੂੰ ਜਿਹੜੇ ਪੰਜਾਬ ਤੋਂ ਆਏ ਨੇ ਇਹਨੂੰ ਕੀ ਕਹਿਣਾ ਚਾਹੋਗੇ? ਬਹੁਤ ਵੱਡਾ ਸੈਕਸ਼ਨ ਆ, ਰੈਕੋਗਨਾਈਜ਼ ਕਰਨਾ ਪੈਂਦਾ ਹੁਣ ਸਰ। ਹਾਂ, ਬਸ ਪੜ੍ਹਾਈ ਕਰੋ, ਜਿਹੜੇ ਕੰਮ ਲਏ ਉਹ ਜ਼ਰੂਰੀ ਹੈ। ਕਾਰਾਂ ਤਾਂ ਬਾਅਦ 'ਚ ਵੀ ਲਿਆ ਹੋ ਜਾਣਗੀਆਂ, ਕੰਮ ਕਰਕੇ ਆਪਦੇ ਆਪ ਨੂੰ ਸਥਿਰ ਕਰਨਾ ਬਹੁਤ ਜ਼ਰੂਰੀ ਹੈ। ਦੇਖੋ ਇਹਦੇ ਕਈ ਫਾਇਦੇ ਹਨ, ਜਦੋਂ ਤੁਸੀਂ ਇੱਥੇ ਆ ਕੇ ਅਰਨਿੰਗ ਕਰਦੇ ਹੋ ਤੁਹਾਡਾ ਜਦੋਂ ਨਾਂ ਉੱਚਾ ਹੁੰਦਾ, ਜਦੋਂ ਕੈਨੇਡਾ 'ਚ ਕਹਿੰਦੇ ਵੀ ਪੰਜਾਬੀਆਂ ਦੀ ਧਾਕ ਹੈ, ਸਰਕਾਰਾਂ 'ਚ ਵੀ ਪੰਜਾਬੀ ਹੈ, ਅਤੇ ਇੱਥੇ ਸਾਡੇ ਬੋਰਡ ਵੀ ਲੱਗਦੇ ਹਨ, ਤਾਂ ਉਹਦੇ ਨਾਲ ਸਿਰ ਉੱਚਾ ਹੁੰਦਾ। ਅਤੇ ਇਹ ਜਿਹੜੀ ਅਗਲੀ ਜਨਰੇਸ਼ਨ ਆ, ਫਿਰ ਇਹ ਅੱਗੇ ਆ ਕੇ ਹੋਰ ਐਫਰਟ ਕਰੂਗੀ, ਤਾਂ ਮੈਨੂੰ ਲੱਗਦਾ ਪਿੱਛੇ ਵਾਲੇ ਲੋਕਾਂ ਨੂੰ ਵੀ ਤਾਂ ਫਾਇਦਾ ਹੁੰਦਾ, ਕੁਛ ਨਾ ਕੁਛ ਤਾਂ ਭੇਜਦੇ ਹੀ ਆ ਪੰਜਾਬ। ਅਤੇ ਜਿਹੜੇ ਕਿਸੇ ਦੀ ਸਿੱਧੇ ਤੌਰ 'ਤੇ ਮਦਦ ਕਰਦਾ, ਕੋਈ ਕਿਸੇ ਗਰੀਬ ਕਿਸਾਨ ਦੀ ਕਰਦਾ, ਕੋਈ ਨਾ ਕੋਈ ਹਰ ਬੰਦਾ ਲੱਗਿਆ ਹੋਇਆ, ਕੋਈ ਗੁਪਤ ਕਰਦਾ, ਕੋਈ ਦੱਸ ਕੇ ਕਰਦਾ, ਤੂੰ ਪੈਸੇ ਬਿਨਾਂ ਦੁਨੀਆ ਨਹੀਂ ਚੱਲ ਸਕਦੀ, ਮਾਲੀਏ ਬਿਨਾਂ ਨਹੀਂ ਦੁਨੀਆ ਚੱਲਦੀ। ਅਖੀਰ ਦੇ ਵਿੱਚ ਸਾਡੇ ਸੁਣਨ ਵਾਲਿਆਂ ਨੂੰ ਸਾਰਿਆਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਤੁਸੀਂ? ਅਸੀਂ ਤਾਂ ਇੱਥੇ ਕੰਮ ਕਰਨ ਆਉਂਦੇ ਹਾਂ, ਤੁਸੀਂ ਦਿਓ ਸਾਨੂੰ ਸੁਨੇਹੇ, ਅਸੀਂ ਲੈ ਜਾਈਏ ਉੱਧਰ ਨੂੰ। ਅਸੀਂ ਉੱਧਰੋਂ ਸੁਨੇਹੇ ਲੈ ਕੇ ਆਉਂਦੇ ਹੋ, ਗਾਣੇ ਲੈ ਕੇ ਆਉਂਦੇ ਹੋ। ਮੈਨੂੰ ਲੱਗਦਾ ਕਿ ਜਿਹੜਾ ਇਹ ਵਕਤ ਹੈ ਕਿ ਆਪਦੀ ਜਨਰੇਸ਼ਨ ਨੂੰ ਉੱਪਰ ਚੱਕਣ ਦਾ ਅਤੇ ਗੁਰਬਤ ਨਾਲ ਘੋਲਣ ਦਾ, ਕਿਸੇ ਇੱਕ ਪਰਿਵਾਰ ਨੂੰ ਵੀ ਜੇ ਇੱਕ ਬੰਦਾ ਸਾਂਭ ਲੈਣਾ ਇੰਡੀਆ 'ਚ, ਤਾਂ ਉਹਨਾਂ ਦੇ ਬੱਚੇ ਪੜ੍ਹਾਏ ਜਾਣ। ਮੰਨ ਲਓ ਕਿ ਆਪਾਂ ਸਾਰਿਆਂ ਦਾ ਕਰਜ਼ਾ ਨਹੀਂ ਰਹਿ ਸਕਦੇ, ਉਹਨਾਂ ਦੀ ਬੱਚਿਆਂ ਨੂੰ ਉਹ ਤਾਲੀਮ ਮਿਲ ਜਾਵੇ ਸਾਰਿਆਂ ਨੂੰ, ਚੰਗੀ ਤਾਲੀਮ। ਔਰ ਕੋਸ਼ਿਸ਼, ਮੈਨੂੰ ਤਾਂ ਲੱਗਦਾ ਕਿ ਬਾਹਰ ਹਰ ਬੱਚੇ ਦਾ, ਹਰ ਪਰਿਵਾਰ 'ਚ ਇੱਕ ਮੈਂਬਰ ਜ਼ਰੂਰ ਆ ਜਾਵੇ ਤਾਂ ਵਧੀਆ, ਕਿਸੇ ਵੀ ਦੇਸ਼ 'ਚ ਜਿੱਥੇ ਵੀ ਉਹਦਾ ਠੀਕ ਲੱਗਦਾ। ਇੱਦਾਂ ਦੇ ਐਫਰਟ ਆਪਾਂ ਨੂੰ ਕਰਨੇ ਚਾਹੀਦੇ ਹਾਂ ਜਨਰੇਸ਼ਨ ਸਾਂਭਣ ਲਈ, ਕਿਉਂਕਿ ਪੰਜਾਬ ਦਾ ਪਾਣੀ ਵੀ ਬੜਾ ਖਰਾਬ ਹੋ ਗਿਆ, ਆਉਣ ਕੁਝ ਸਾਲਾਂ ਬਾਅਦ ਤਾਂ ਸਾਰੀ ਜ਼ਹਿਰੀਲਾ ਹੋ ਜੂਗਾ, ਅਗਲੀ ਦੌੜ ਤਾਂ ਪਾਣੀ ਪੂਰਾ ਕਰਨ ਦੀ ਉਹ ਰਹਿ ਜਾਣੀ ਹੈ। ਕੀ ਕੀਤਾ ਜਾ ਰਿਹਾ ਉਹਦੇ ਲਈ? ਉੱਥੇ ਕੋਈ ਕਿਸੇ ਲਈ ਕੁਛ ਨਹੀਂ ਕਰ ਰਿਹਾ ਜੀ, ਸਭ ਆਪਣੇ ਆਪਣੇ ਲਈ ਕਰ ਰਹੇ। ਹਰ ਬੰਦੇ ਦੀ ਇਹੀ ਤਮੰਨਾ ਵੀ ਨਿਆਣੇ ਬਾਹਰ ਵਗ ਜਾਣ, ਕੋਈ ਅਮੀਰ ਹੈ ਚਾਹੋ ਗਰੀਬ ਹੈ, ਅਤੇ ਉਹਦਾ ਹੋ ਨਹੀਂ ਸਕਦਾ। ਹੁਣ ਪੈਸਟੀਸਾਈਡ ਇੰਨੇ ਚਲੇ ਗਏ, ਉਹਨੂੰ ਕੀ ਕਰ ਸਕਦੇ ਆਪਾਂ? ਪੂਰੀ ਧਰਤੀ ਦਾ ਪਾਣੀ ਕਿਵੇਂ ਬਦਲ ਸਕਦਾ? ਇੰਨਾ ਪਾਣੀ ਬਾਹਰੋਂ ਕਿਵੇਂ ਆਜੂਗਾ ਘਰਾਂ ਨੂੰ ਸਪਲਾਈ ਪੀਣ ਲਈ? ਕਿਉਂਕਿ ਜਿਹੜੀ 40 ਸਾਲ ਪਹਿਲਾਂ ਸਪਰੇਆਂ ਹੋਈਆਂ, ਉਹ ਹੁਣ ਧਰਤੀ 'ਤੇ ਹੁਣ ਪਾਣੀ ਕੋਲ ਪਹੁੰਚ ਗਈਆਂ, ਪੱਤਣ ਕੋਲ। ਜਿਹੜੀਆਂ ਹੁਣ ਪਿਛਲੇ 10 ਸਾਲ ਹੋਈਆਂ, ਉਹਨਾਂ ਨੇ ਤਾਂ ਹੋਰ ਗਾਹ ਪਾਉਣਾ ਜੇ। ਇਹ ਤਾਂ ਉਦੋਂ ਅੱਜ ਤੋਂ 40 ਸਾਲ ਪਹਿਲਾਂ ਸਪਰੇਆਂ ਥੋੜ੍ਹੀਆਂ ਸੀ, ਬਟ ਉਹ ਵੀ ਪਹੁੰਚ ਗਈਆਂ। ਪੰਜਾਬ ਦੇ ਹਾਲਾਤ ਤਾਂ ਤੁਸੀਂ ਪਿਛਲੇ ਵਾਰੀ ਆਉਣ ਨਾਲੋਂ ਐਤਕੀ ਵੱਧ ਮਾਯੂਸ ਪ੍ਰਤੀਤ ਹੁੰਦੇ। ਆਹ ਫਸਲਾਂ ਦੇ ਨਹੀਂ ਮੁੱਲ ਮਿਲਦੇ ਪੂਰੇ, ਜ਼ਿਮੀਂਦਾਰੀ ਦੇਖੋ ਆਪਣੀ ਬੈਕਬੋਨ ਹੈ ਖੇਤੀ, ਅਤੇ ਖੇਤੀ ਕਰਨ ਵਾਲੇ ਦੁਖੀ ਹੈ, ਉਹ ਫਿਰ ਗਰੋਥ ਕੀ ਹੋਊਗੀ? ਤੁਸੀਂ ਸਾਰੇ ਹਿੰਦੁਸਤਾਨ 'ਚ ਹੀ ਹੈ ਜ਼ਿਮੀਂਦਾਰਾਂ ਦਾ ਹਾਲ ਮੰਦਾ। ਹੁਣ ਤਾਂ ਪਿੱਛੇ ਥੋੜ੍ਹੇ ਦਿਨ ਪਹਿਲਾਂ, ਸ਼ਾਇਦ ਕੱਲ੍ਹ ਹੀ ਕਿਸੇ ਨੇ ਮੈਨੂੰ ਭੇਜਿਆ ਸੀ ਇੱਕ ਲਿੰਕ ਵੀ 184 ਯੂਨੀਅਨ ਨੇ ਜਾਂ 85 ਉਹਨਾਂ ਨੇ ਮਿਲ ਕੇ ਬਾਈਕਾਟ ਕਰਿਆ ਵੀ ਸਾਡੇ ਫਸਲਾਂ ਦੇ ਰੇਟ ਵਧਾਓ। ਕਿਸਾਨ ਤਾਂ ਕਿਸਾਨ ਹੀ ਹੈ, ਚਾਹੋ ਪਾਕਿਸਤਾਨ 'ਚ ਹੈ, ਚਾਹੋ ਯੂਰਪ 'ਚ ਹੈ, ਚਾਹੋ ਕਿਤੇ ਵੀ ਹੈ, 80% ਲੋਕ ਤਾਂ ਖੇਤਾਂ 'ਚ ਹੀ ਬੈਠੇ ਹੈ ਜੀ ਵੀ ਨਾ, 20% ਹੀ ਮੈਟਰੋ 'ਚ ਹੈ। ਪਿਛਲੇ ਇਲੈਕਸ਼ਨ 'ਚ ਮੇਰਾ ਖਿਆਲ ਸ਼ਾਇਦ ਤੁਹਾਨੂੰ ਆਸ ਵੱਜੀ ਹੋਵੇ, ਤੁਸੀਂ ਭਗਵੰਤ ਮਾਨ ਦੀ ਮਦਦ ਵੀ ਕਰਨ ਗਏ ਸੀ। ਹਾਂ, ਮਿੱਤਰ ਸੀ ਆਪਣਾ, ਪਰ ਉਹਨਾਂ ਨੇ ਕੀਤਾ ਤਾਂ ਕੁਛ ਨਹੀਂ। ਫਿਰ ਉਹਦੇ ਬਾਰੇ ਸੰਘਾ ਜ਼ਿਆਦਾ ਦੱਸੂਗਾ, ਇਹ ਜ਼ਿਆਦਾ ਇਹ, ਕਿਉਂਕਿ ਅਸੀਂ ਤਾਂ ਮਿੱਤਰਤਾ ਵਾਲਿਆਂ ਦੀ ਮਦਦ ਕਰਦੇ ਸੀ ਉੱਦਾਂ। ਦੇਖੋ ਪੋਲੀਟੀਕਲੀ ਤਾਂ ਆਪਾਂ ਨਹੀਂ ਕਿਸੇ ਦੇ ਨਾਲ, ਕਿਉਂਕਿ ਮੇਰਾ ਪੇਸ਼ਾ ਗਾਉਣਾ, ਮੇਰੇ ਲਈ ਸਾਰੇ ਇੱਕੋ ਆ, ਅਤੇ ਸਿਆਸਤ ਆਪਾਂ ਕਰ ਆਪਾਂ ਤਾਂ ਹੋਣੀ ਵੀ ਨਹੀਂ। ਹਾਂ, ਮੈਂ ਇਹ ਜ਼ਰੂਰ ਆਸ ਕਰਦਾ ਕਿ ਜਿਹੜੀਆਂ ਮਜ਼ਦੂਰ ਯੂਨੀਅਨ ਅਤੇ ਕਿਸਾਨ ਯੂਨੀਅਨ ਆ ਨਾ, ਇਹਨਾਂ ਦੇ ਇੱਕ ਲੀਡਰ ਤਾਂ ਹੋਵੇ ਤਾਂ ਕਿ ਤੁਹਾਡੀ ਕੋਈ ਗੱਲ ਤਾਂ ਹੋ ਸਕੇ ਕਿਤੇ। ਬਸ ਇੱਥੋਂ ਹੀ ਆਪਾਂ ਜਿਹੜੇ ਮਜ਼ਦੂਰ ਜਾਂ ਕਿਸਾਨ, ਇੱਥੋਂ ਇਸੇ ਕਰਕੇ ਆਪਾਂ ਨੂੰ ਆਪਦਾ ਮੁੱਲ ਨਹੀਂ ਪੂਰਾ ਮਿਲਦਾ, ਕਿਉਂਕਿ ਤੁਰੇ ਕਿਹਦੇ ਨਾਲ ਬੰਦਾ, ਜ਼ਿਲ੍ਹਾ ਵਾਈਜ਼, ਫਿਰ ਗਾਹਾਂ ਤਹਿਸੀਲ ਵਾਈਜ਼ ਦਾ ਯੂਨੀਅਨ ਹੋ ਜਾਂਦੀਆਂ। ਤਾਂ ਮਾਸ ਦਾ ਇੱਕੋ ਲੀਡਰ ਚਾਹੀਦਾ ਯੂਨੀਅਨ ਦਾ, ਅਤੇ ਮਜ਼ਦੂਰ ਯੂਨੀਅਨ, ਕਿਉਂਕਿ ਕਿਸਾਨ ਅਤੇ ਮਜ਼ਦੂਰ ਨਾਲ ਨਾਲ ਹੈ। ਤੁਸੀਂ ਕਦੇ ਸੋਚਿਆ ਵੀ ਸਾਰਾ ਇੱਥੋਂ ਅੱਕ ਗਏ ਹੋ ਹੁਣ ਤੁਸੀਂ, ਵੀ ਖੁਦ ਪੋਲੀਟੀਕਲ ਲੀਡਰ ਬਣ ਕੇ ਕੋਈ ਤਬਦੀਲੀ ਲਿਆਓ? ਨਾ, ਤੁਹਾਡਾ ਕਾਫੀ ਹੈ। ਨਹੀਂ ਨਹੀਂ, ਇਹ ਸੰਘੇ ਨੂੰ ਭੇਜਦੇ ਹਾਂ, ਤੁਹਾਨੂੰ ਲੈ ਕੇ ਜਾਵਾਂਗੇ, ਐਨਆਰਆਈ ਜਿਹੜੇ ਪੜ੍ਹੇ ਲਿਖੇ ਆ, ਤੁਸੀਂ ਆਓ, ਅਸੀਂ ਵਿਲ ਸਪੋਰਟ, ਅਸੀਂ ਮੈਂ ਸਪੋਰਟ ਕਰੂੰਗਾ। ਮੈਨੂੰ ਲੱਗਦਾ ਮੈਂ ਲਿਖ ਬਿਹਤਰ ਲਿਖ ਕੇ ਗਾ ਸਕਦੇ ਹਾਂ, ਕਟਾਕਸ਼ ਅੱਛਾ ਕਰ ਸਕਦੇ ਹਾਂ। ਸਿਆਸਤ ਕਰਨੀ ਔਖਾ ਕੰਮ ਹੈ, ਇਹ ਤਾਂ ਬਹੁਤ ਪੈਸੇ ਦਾ ਕੰਮ ਰਹਿ ਗਿਆ। ਵੋਟ ਪਾਉਣ ਵਾਲਾ ਵੀ ਪੈਸੇ ਮੰਗਦਾ, ਫਿਰ ਉਹ ਕਿੰਨੇ ਕੁ ਪੈਸੇ ਤੁਸੀਂ, ਇੰਨਾ ਤਾਂ ਰੈਵਨਿਊ ਨਹੀਂ ਹੋ ਸਕਦਾ। ਹਾਂ, ਜਦੋਂ ਸਾਰਾ ਆਪਣੀ ਪੂਰੀ ਆਪਣੀ ਸਾਰਾ ਕੁਣਬਈਏ ਸੋਚ ਲਏ ਵੀ ਅਸੀਂ ਇਸ ਤਰ੍ਹਾਂ ਦੀ ਚੇਂਜ ਲਿਆਉਣੀ ਆ। ਦੇਖੋ, ਤੁਹਾਨੂੰ ਵੀ ਕੈਨੇਡਾ ਦਾ ਸੁੱਖ ਛੱਡ ਕੇ 2-4 ਸਾਲ ਉੱਥੇ ਲਾਉਣੇ ਪੈਣੇ, ਜੇ ਤੁਸੀਂ ਆਪਦੇ ਹਿਸਾਬ ਨਾਲ ਚਾਹੁੰਦੇ ਹੋ ਕਿ ਪੰਜਾਬ ਇੱਦਾਂ ਹੋਵੇ। ਇੱਥੇ ਬੈਠ ਕੇ ਇਨਕਲਾਬ ਨਹੀਂ ਹੋਣਾ, ਉੱਥੇ ਆਉਣਾ ਪੈਣਾ ਤੁਹਾਨੂੰ। ਨਹੀਂ, ਇਸ 'ਤੇ ਚਲੇ ਗਏ ਸੀ ਜਹਾਜ਼ਾਂ ਦੇ, ਜਹਾਜ਼ ਭਰ ਕੇ ਚਲੇ ਗਏ ਸੀ, ਪਰ ਗੱਲ ਬਣੀ ਨਹੀਂ। ਕਿੱਥੇ ਕਿੱਥੇ ਮਿਸ, ਆਮ ਆਦਮੀ ਪਾਰਟੀ ਦੀ ਬੁੱਧੀਜੀਵੋ ਸਾਰੇ, ਕਿੱਥੋਂ ਮਿਸ ਕਰ ਗਏ ਤੁਸੀਂ? ਪਤਾ ਨਹੀਂ ਬਈ, ਹੁਣ ਤੁਸੀਂ ਅਸੈਸ ਕਰਕੇ ਦੱਸੋ ਸਾਨੂੰ। ਇਹ ਬੂਮ ਬਹੁਤ ਸੀ, ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਮੰਨਣਾ ਪਊਗਾ। ਅਤੇ ਮੇਰੀ ਮਾਸੀ ਦਾ ਮੁੰਡਾ ਮੇਰੇ ਨਾਲ ਹੀ ਰਹਿੰਦਾ, ਉਹ
ਤੇ ਜਿਹੜਾ ਜਵਾਨ ਯੂਥ ਸੀ 20 ਤੋਂ 25 ਸਾਲ ਉਹਦੇ 'ਚ ਬਹੁਤ ਐਨਰਜੀ ਸੀ, ਬਿਲਕੁਲ, ਔਰ ਉਦੋਂ ਇਹ ਲੱਗਦਾ ਵੀ ਸੀ ਸਾਰਿਆਂ ਨੂੰ ਵੀ ਇੱਦਾਂ ਹੀ ਹੋਜੂਗਾ। ਇਹ ਤਾਂ ਸੰਘਾ ਮੇਰੇ ਨਾਲ ਰੋਜ਼ ਰਾਤ ਨੂੰ ਇਹਨੇ ਮੈਨੂੰ ਸੌਣ ਦੇ ਤੱਕ ਕਈ ਮਹੀਨੇ, ਬਾਬਾ ਉੱਠ ਹੁਣ ਕਿਵੇਂ ਰਿਪੋਰਟ ਹੁਣ। ਬਟ ਦੇਖੋ ਮਨਾਂ ਨੂੰ ਨਹੀਂ ਪੜਿਆ ਜਾ ਸਕਦਾ, ਇਹੀ ਪ੍ਰੋਬਲਮ ਹੈ। ਜਦ ਤੱਕ ਆਪਾਂ ਮਨ ਸਿੱਧਾ ਰੱਖ ਕੇ ਨਹੀਂ ਕਿਸੇ ਚੀਜ਼ ਨੂੰ ਸਾਰੇ ਤੁਰਦੇ ਤਾਂ ਫਿਰ ਉਹ ਚੇਂਜਿਸ ਵੀ ਸੁਭਾਵਿਕ ਨਹੀਂ। ਜਾਣ ਤੋਂ ਪਹਿਲਾਂ ਦੋ ਬੋਲ ਸੁਣਾ ਕੇ ਜਾਓ, ਉੱਚੀਆਂ ਮਾਰਤਾ। ਬੱਤੀ ਲਾਲ ਜਦੋਂ ਲੰਘੇ ਸਾਡੇ ਮਾਰਦੀ ਏ ਡੰਡੇ, 5 ਸਾਲਾਂ ਲਈ ਆਪਾਂ ਆਪੇ ਬੀਜੇ ਕੰਡੇ, ਕਰਜ਼ੇ ਦੀ ਮਾਰ ਇੱਕ ਲੁੱਟੇ ਸਰਕਾਰ ਨਹੀਂ, ਉਹ ਛੱਲੀਆਂ ਖੋਆਇਆ ਕਰਦੀਆਂ ਟਾਂਡੀਆਂ, ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ ਜਦੋਂ ਆਉਂਦਾ ਏ ਭੁਚਾਲੇ ਗਿਰ ਜਾਂਦੀਆਂ। ਵਾਹ ਵਾਹ, ਕਿਆ ਬਾਤ ਹੈ ਬੱਬੂਆਂ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਸ਼ੁਕਰੀਆ ਇੱਥੇ ਆਉਣ ਲਈ ਸਟੂਡੀਓਜ਼ ਦੇ ਵਿੱਚ। ਧੰਨਵਾਦ ਜੀ। 5 ਤਰੀਕ ਨੂੰ ਇਹਨਾਂ ਦਾ ਸ਼ੋਅ PNE ਕਾਲਸੀਅਮ ਵਿੱਚ ਹੋਏਗਾ।